ਮੰਦੋਸੀ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨਿਆ ਰਬਿੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗੇ ਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਤ ਹੋਏ ਵਾਹੇ ਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ ਤਨ ਤਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੀਨ ਦੁਨੀਆ ਦੇ ਮਾਲਕ ਜਬਰ ਸ਼ਤਰ ਤਖਤ ਦੇ ਮਾਲਕ ਸਮਰਾਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਧੰ ਤਨ ਨੀਯਮ ਤਰਜਮੀ ਸੱਤੇ ਪਾਤਸ਼ਾਹ ਗਰੀਬ ਨਵਾਜ਼ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜਿੰਨੀਆਂ ਵੀ ਸੰਗਤਾਂ ਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰ ਹੋਈਆਂ ਹੋ ਪਿਆਰ ਦੇ ਨਾਲ ਦੋਵੇਂ ਹੱਥ ਜੋੜੋ ਗੱਜ ਕੇ ਕਹੋ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰ ਮਾਪਿਓ ਦੇ ਘਰ ਸੰਤਾਨ ਪੈਦਾ ਹੋਣੀ ਤੇ ਉਹਨਾਂ ਨੇ ਆਪਣੀ ਸੰਤਾਨ ਨੂੰ ਇਹ ਸਿੱਖਿਆ ਦੇਣੀ ਕਿ ਪੁੱਤਰ ਨਾਮ ਜਪ ਕੇ ਆਪਣੀ ਆਤਮਾ ਦਾ ਉਧਾਰ ਕਰੋ ਕਰਮਾਂ ਵਸ ਜਨਮ ਮਿਲਿਆ ਇਹ ਜਨਮ ਨੂੰ ਸਵਾਰ ਲਓ ਇਸਤਰੀ ਨੇ ਵੀ ਆਪਣੇ ਪਤੀ ਨੂੰ ਕਹਿਣਾ ਕਿ ਹੁਣ ਆਪਾਂ ਨਾਮ ਹੀ ਜਪੀਏ ਪਰਮੇਸ਼ਰ ਦਾ ਭਜਨ ਕਰੀਏ ਸਾਡਾ ਉਧਾਰ ਹੋਵੇ ਪਤੀ ਨੇ ਵੀ ਆਪਣੀ ਪਤਨੀ ਨੂੰ ਇਹੋ ਕਹਿਣਾ ਕਿ ਆਪਾਂ ਨਾਮ ਜਪੀਏ ਸਾਡੀ ਆਤਮਾ ਦਾ ਉਧਾਰ ਹੋਵੇ ਤੂੰ ਵੀ ਜਪ ਤੇ ਅਸੀਂ ਵੀ ਜਪਣਾ ਹੈ ਭਾਵ ਪਹਿਲੇ ਜੁਗਾਂ ਦੀ ਜਿਹੜੀ ਸੋਚ ਸੀ ਨਾ ਉਹ ਸਾਧ ਸੰਗਤ ਬੜੀ ਪਵਿੱਤਰ ਸੀਗੀ ਨਾਮ ਜਪ ਕੇ ਆਪਣਾ ਉਧਾਰ ਕਰਾਉਂਦੇ ਸਨ ਸਾਰੇ ਜੀ ਪਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਇੱਕ ਸ਼ਲੋਕ ਚ ਕਿਰਪਾ ਕਰਦੇ ਆ ਕਹਿੰਦੇ ਕਲਯੁਗ ਦੇ ਵਿੱਚ ਜਿਹੜੇ ਤੇ ਨਾਮ ਨਹੀਂ ਨਾ ਜਪਦੇ ਓਹ ਸਮਝੋ ਜਿੰਨ ਭੂਤ ਹੀ ਨੇ ਜੀ ਇੱਕ ਸ਼ਲੋਕ ਵਿੱਚ ਮਾਧਵ ਨੇ ਲਿਖਿਆ ਜੀ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ અવਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਪੁੱਤ ਵੀ ਜਨੂਰਾ ਜਿੰਨੂ ਭੂਤ ਚਿੰਬੜੇ ਹੋਣ ਜਿੰਨ ਚਿੰਬੜੇ ਹੋਣ ਓਹ ਬੜੇ ਦੁਖੀ ਹੁੰਦੇ ਆ ਜੀ ਉਹਨਾਂ ਨੂੰ ਪੁੱਛ ਕੇ ਵੇਖੋ ਤੇ ਜਿਹੜਾ ਜਿੰਨ ਹੈ ਨਾ ਜੀ ਇਹ ਭੂਤ ਤੋਂ ਵੀ ਜ਼ਿਆਦਾ ਮਾੜਾ ਹੈ ਜੀ ਤੇ ਉਹ ਜਿਵੇਂ ਜਿੰਨ ਹੈ ਜਿਹੜਾ ਉਹ ਤੰਗ ਕਰਦਾ ਹੈ ਕਹਿਣ ਲੱਗੇ ਇਸੇ ਤਰ੍ਹਾਂ ਇਹ ਕਾਲ ਯੁਗ ਦੇ ਲੋਕ ਜਿਹੜੇ ਹਨ ਇਹ ਵੀ ਨਾਮ ਨਹੀਂ ਜਪਣ ਦਿੰਦੇ ਗੱਜ ਕੇ ਆਖੋ ਵਾਹਿਗੁਰੂ ਇਸ ਤਰੀ ਨਾਮ ਤੋਂ ਖੁੰਝੀ ਹੋਈ ਜਿਹੜੀ ਆਪ ਹੀ ਨਹੀਂ ਨਾਮ ਜਪਦੀ ਸਤ ਸੰਗ ਨਹੀਂ ਕਰਦੀ ਬਾਣੀ ਨਹੀਂ ਪੜ੍ਹਦੀ ਉਹ ਆਪਣੇ ਪਤੀ ਨੂੰ ਵੀ ਨਹੀਂ ਕਰਨ ਦਿੰਦੀ ਜੀ ਤੇ ਕਈ ਵਾਰੀ ਕੀ ਹੁੰਦਾ ਹੈ ਵੀ ਪਤੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਨ ਲੱਗ ਪਵੇ ਉਹ ਕਹਿੰਦੀ ਕਿ ਉੱਚੀ ਉੱਚੀ ਬਾਣੀ ਪੜਨ ਲੱਗ ਪਏ ਹੋ ਸੌਜੋ ਆ ਰਾਮ ਨਾ ਜਾਂ ਫਿਰ ਪੁੱਤਰ ਵੀ ਕਹਿ ਦਿੰਦੇ ਆ ਕਿ ਡੈਡੀ ਬਾਪੂ ਤੂੰ ਕੀ ਸਵੇਰੇ ਸਵੇਰੇ ਉੱਠ ਕੇ ਸ਼ੁਰੂ ਹੋ ਗਿਆ ਉੱਚੀ ਉੱਚੀ ਬਾਣੀ ਪੜਨ ਲੱਗ ਪਿਆ ਤੇ ਇਹ ਕੰਮ ਨਾ ਕਰ ਕੀ ਹੈ ਉਹ ਸਾਥ ਸੰਗਤ ਜੀ ਤੋੜ ਦਿੰਦੇ ਆ ਗੁਰੂ ਤੋਂ ਰੱਬ ਤੋਂ ਪਰਮੇਸ਼ਰ ਤੋਂ ਮਾਰਜ ਕਹਿਣ ਲੱਗੇ ਰਿਸ਼ਤੇਦਾਰ ਘਰ ਵਾਲੇ ਪਰਿਵਾਰ ਜੇ ਤੇ ਨਾਮ ਜਪਣ ਚ ਸਹਾਈ ਹੋਣ ਤੇ ਠੀਕ ਐ ਨਹੀਂ ਤੇ ਭਾਈ ਇਹਨਾਂ ਨਾਲੋਂ ਮੋਹ ਤੋੜ ਕੇ ਤੇ ਨਾਮ ਵਿੱਚ ਜਿੱਤ ਜੋੜੋ ਗੱਜ ਕੇ ਆਖੋ ਵਾਹਿਗੁਰੂ ਇਹ ਗੁਰੂ ਰਾਮਦਾਸ ਸਾਹਿਬ ਜੀ ਨੇ ਭਾਈ ਪਦਾਰਥ ਜੀ ਨੂੰ ਭਾਈ ਤਾਰੂ ਜੀ ਭਾਈ ਭਾਰੂ ਜੀ ਇਹਨਾਂ ਨੂੰ ਉਪਦੇਸ਼ ਦਿੱਤਾ ਮਹਾਰਜ ਕਹਿੰਨ ਲੱਗੇ ਆਪਣੇ ਮਨ ਵਿੱਚ ਹੀ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਰਿਹਾ ਕਰੋ ਕਥਾ ਸੁਣਿਆ ਕਰੋ ਕੀਰਤਨ ਸੁਣਿਆ ਕਰੋ ਚਿੰਤਾ ਨਾ ਕਰਿਆ ਕਰੋ ਸਾਰਿਆਂ ਨੂੰ ਰੋਜੀ ਉਸ ਵਾਹਿਗੁਰੂ ਨੇ ਆਪ ਹੀ ਦੇਣੀ ਹੈ ਬੰਦਾ ਇਹੋ ਹੀ ਚਿੰਤਾ ਕਰਦਾ ਮੈਂ ਨਾ ਹੋਇਆ ਸਾਡੇ ਪਰਿਵਾਰ ਨੂੰ ਟੱਬਰ ਨੂੰ ਕੌਣ ਖਵਾਏਗਾ ਮੈਂ ਹੀ ਸਾਰਿਆਂ ਨੂੰ ਖਵਾਉਣਾ ਗੁਰੂ ਰਾਮਦਾਸ ਸਾਹਿਬ ਕਹਿੰਦੇ ਨਹੀਂ ਪਿਆਰਿਓ ਪਰਮੇਸ਼ਰ ਸਭ ਨੂੰ ਦਿੰਦਾ ਹੈ ਇੱਕ ਬਚਨ ਤੁਸੀਂ ਬੜੀ ਬੜੀ ਸੁਣਿਆ ਮੁਖ ਵਾਕ ਵੀ ਆਉਂਦਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਗੱਲ ਬਾਲਕ ਬਣਨ ਦੀ ਹੈ ਪ੍ਰੇਮ ਦੇ ਨਾਲ ਸਾਧ ਸੰਗਤ ਦੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਵਾਹਿਗੁਰੂ ਪਾਲਣਾ ਕਰਦਾ ਸਾਰੇ ਜੀਵਾਂ ਦੀ ਮਤ ਕੋਈ ਸਮਝੇ ਮੈਂ ਕਿਸੇ ਨੂੰ ਦੇ ਰਿਹਾ ਨਹੀਂ ਵਾਹਿਗੁਰੂ ਸਭ ਨੂੰ ਦੇ ਰਿਹਾ ਹੈ ਵਾਹਿਗੁਰੂ ਸਾਰਿਆਂ ਦੀ ਪਾਲਨ ਪੋਸ਼ਣਾ ਕਰਦਾ ਹੈ ਗੁਰਸਿੱਖਾਂ ਤੇ ਮਹਾਰਾਜ ਦੇ ਉਪਦੇਸ਼ ਦਾ ਇੰਨਾ ਅਸਰ ਹੋਇਆ ਉਹਨਾਂ ਨੇ ਘਰ ਪਰਿਵਾਰੇ ਵਾਲੇ ਆਪਣੇ ਪੁੱਤਰਾਂ ਨੂੰ ਸੱਦ ਕੇ ਕਿਹਾ ਹੁਣ ਤੁਸੀਂ ਆਪੇ ਕਮਾਓ ਆਪੇ ਖਾਓ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਹੀ ਰਹਿਣਾ ਤਿੰਨੋ ਸਿੱਖ ਭਾਈ ਪਦਾਰਥ ਜੀ ਭਾਈ ਤਾਰੂ ਜੀ ਭਾਈ ਭਾਰੂ ਜੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਪਏ ਉੱਥੇ ਹੀ ਫਿਰ ਉਹਨਾਂ ਨੇ ਸੇਵਾ ਕਰ ਕਰਕੇ ਆਪਣਾ ਜਨਮ ਸਵਾਰਿਆ ਜੀ ਵੇਖੋ ਕਮਾਲ ਦੀ ਗੱਲ ਇਹ ਹੈ ਜਿਹੜੇ ਬੰਦੇ ਕਦੀ ਵੀ ਸੰਗਤ ਵਿੱਚ ਨਹੀਂ ਸੀ ਆਏ ਉਹਨਾਂ ਨੇ ਸੀ ਉਹਨਾਂ ਤੇ ਕਿਰਪਾ ਹੋ ਗਈ ਦਇਆ ਹੋ ਗਈ ਮੇਰੇ ਸਤਿਗੁਰਾਂ ਦੀ ਮਿਹਰ ਹੋ ਗਈ ਸਾਧ ਸੰਗਤ ਦੀ ਇੰਨਾ ਨਾਮ ਜਪਿਆ ਸੇਵਾ ਕੀਤੀ ਸੱਚਖੰਡ ਨੂੰ ਗਏ ਦੀ ਉਹ ਹਾਂਜੀ ਮਹਾਰਾਜ ਦੀ ਸੰਗਤ ਵਿੱਚ ਆਇਆ ਜਿਨ੍ਹਾਂ ਬੰਦਿਆਂ ਦੇ ਲੇਖ ਬਿਲਕੁਲ ਹੀ ਬੰਦ ਹੁੰਦੇ ਆ ਨਾ ਜੀ ਉਹ ਵੀ ਖੁੱਲ ਜਾਂਦੇ ਆ ਇੱਥੇ ਸੰਗਤ ਵਿੱਚ ਬੈਠਿਆ ਸੰਗਤ ਦੀ ਭਲਾਈ ਭਲਾ ਹੋਣਾ ਹੈ ਲਾਭ ਹੀ ਲਾਭ ਹੋਣਾ ਹੈ ਇਹ ਪੱਕਾ ਪੱਥਰ ਤੇ ਲਕੀਰ ਹੈ ਜੀ ਜਿਹੜਾ ਬੰਦਾ ਆ ਕੇ ਸੰਗਤ ਵਿੱਚ ਬੈਠੇਗਾ ਉਹਦਾ ਲਾਭ ਹੀ ਹੋਣਾ ਹੈ ਭਲਾਈ ਹੋਣਾ ਹੈ ਤੁਸੀਂ ਸੁਣਿਆ ਪਹਿਲੀ ਵਾਰੀ ਉਹ ਆਏ ਉਹਨਾਂ ਦਾ ਕਿੰਨਾ ਲਾਭ ਹੋ ਗਿਆ ਕਿੰਨਾ ਭਲਾ ਹੋ ਗਿਆ ਸੋ ਇਸ ਤਰੀਕੇ ਨਾਲ ਆਇਆ ਕਰੋ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਿਆ ਕਰੋ ਗੁਰੂ ਜੀ ਦਾ ਜਸ ਸੁਣਿਆ ਕਰੋ ਕੋਈ ਨਾ ਕੋਈ ਬਚਨ ਤੇ ਸਾਡੇ ਹਿਰਦੇ ਤੇ ਵਸੇਗਾ ਹੀ ਨਾ ਜੀ ਕਿਤੇ ਨਾ ਕਿਤੇ ਤੇ ਕਿਰਪਾ ਹੋਏਗੀ ਮੇਰ ਹੋਏਗੀ ਜੇ ਮਹਾਰਾਜ ਉਹਨਾਂ ਨੂੰ ਤਾਰ ਸਕਦੇ ਐ ਤੇ ਮਹਾਰਾਜ ਸਾਨੂੰ ਵੀ ਤਾਰਣਗੇ ਸਾਡੇ ਤੇ ਕਿਰਪਾ ਕਰਨਗੇ ਹੁਣ ਲੜੀਬਾਰ ਕਥਾ ਸਰਵਣ ਕਰੋ ਪਿਆਰ ਨਾਲ ਰਸਨਾ ਨੂੰ ਕਰੋ ਪਵਿੱਤਰ ਗੱਜਕੇ ਕਹੋ ਧੰ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 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 ਕੋਈ ਰਸਨਾ ਵਾਂਦੀ ਨਾ ਰਹਿ ਸਤਿਗੁਰਾਂ ਦੇ ਚਰਨਾਂ ਦਾ ਧਰੋ ਧਿਆਨ ਗੁਰੂ ਰਾਮਦਾਸ ਜੀ ਦਾ ਪ੍ਰੇਮ ਹਿਰਦੇ ਚ ਵਸਾਓ ਗੱਜ ਕੇ ਸਾਰੀ ਸੰਗਤ ਕਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮਹਾਨੰਦ ਕੇ ਸੰਗ ਮਿਲ ਵਿਧੀ ਚੰਦ ਹੋਏ ਦੌਨ ਦੋ ਸਿੱਖ ਇੱਕ ਦਾ ਨਾਮ ਹੈ ਭਾਈ ਮਹਾਨੰਦ ਜੀ ਦੂਜੇ ਦਾ ਨਾਮ ਹੈ ਭਾਈ ਵਿਧੀ ਚੰਦ ਜੀ ਸਾਤ ਸੰਗਤ ਜੀ ਬਿੱਦੀ ਚੰਦ ਵੀ ਇਤਿਹਾਸ ਵਿੱਚ ਦੋ ਹੋਏ ਆ ਇੱਕ 6ਵੇਂ ਪਾਤਸ਼ਾਹ ਦੇ ਸਮੇਂ ਰਹੇ ਆ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਵੀ ਰਹੇ ਆ ਮਹਾਰਾਜ ਜੀ ਦੇ ਨਾਲ ਲਾਹੌਰ ਗਏ ਸਨ ਬਾਬਾ ਬਿੱਦੀ ਚੰਦ ਸੀਨਾ ਗੁਰੂ ਘਰ ਸੀਨਾ ਉਹ ਬਿੱਦੀ ਚੰਦ ਹੋਰ ਨੇ ਇਹ ਜਿਨ੍ਹਾਂ ਦੀ ਤੁਸੀਂ ਕਥਾ ਸੁਣਨ ਲੱਗੇ ਹੋ ਨਾ ਇਹ ਗੁਰੂ ਰਾਮਦਾਸ ਜੀ ਦੇ ਵੇਲੇ ਹੋਏ ਬਿੱਦੀ ਚੰਦ ਜੀ ਭਾਈ ਮਹਾਨੰਦ ਜੀ ਭਾਈ ਬਿਧੀ ਚੰਦ ਜੀ ਇਹ ਦੋਵੇਂ ਮਿਲ ਕੇ ਦਰਸ਼ਨ ਦੇਖਿਓ ਗੁਰੂ ਕੋ ਬੰਦਸ ਕੀਨਸ ਕੌਨ ਅੰਮ੍ਰਿਤ ਸਰ ਆਏ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ ਉਹ ਅੰਮ੍ਰਿਤ ਸਰ ਨਹੀਂ ਸੀ ਕਿ ਸੁਦਾ ਸਰ ਨਾਮ ਕਹਿੰਦੇ ਸਨ ਜੀ ਸੁਦਾ ਸਰ ਆਏ ਆ ਕੇ ਗੁਰੂ ਦੇ ਦਰਬਾਰ ਦੇ ਸਤਗੁਰਾਂ ਦੇ ਅਸਥਾਨ ਦੇ ਦਰਸ਼ਨ ਕੀਤੇ ਆ ਬੜੀ ਇਹਨਾਂ ਨੂੰ ਸ਼ਾਂਤੀ ਮਿਲੀ ਹੈ ਦੋਵਾਂ ਪ੍ਰੇਮੀਆਂ ਨੂੰ ਮਹਾਰਾਜ ਦੇ ਦਰਸ਼ਨ ਕੀਤੇ ਦੋਵਾਂ ਨੇ ਆ ਕੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਜੀ ਆਪ ਜੀ ਵੀ ਟੇਕ ਦਿਓ ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੌਪਈ ਹੱਥ ਜੋਰ ਕਰ ਥਿਰੇ ਅਗਾਰੀ ਕੋਈ ਪੂਰਬਲੇ ਭਾਗ ਸਨ ਚੰਗੀ ਕਿਸਮਤ ਸੀ ਇਹਨਾਂ ਦੀ ਹੱਥ ਜੋੜ ਕੇ ਇਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਮਣੇ ਖਲੋਗੇ ਬਿੱਦੀ ਚੰਦ ਜੀ ਤੇ ਮਹਾਨੰਦ ਜੀ ਸੁਖ ਗਰਜੀ ਨਿਜ ਅਰਜ਼ ਗੁਜ਼ਾਰੀ ਤੇ ਸੁਖ ਲੈਣ ਵਾਸਤੇ ਅੰਦਰ ਗਰਜ ਆਇਕ ਇਹਨਾਂ ਦੇ ਮਨ ਵਿੱਚ ਅੰਦਰ ਇੱਕ ਇੱਛਾ ਹੈ ਵੀ ਗੁਰੂ ਰਾਮਦਾਸ ਜੀ ਦੇ ਚਰਨ ਵਿੱਚ ਆਏ ਵਾਹਿਗੁਰੂ ਮਹਾਰਾਜ ਜੀ ਦੇ ਚਰਣਾ ਵਿੱਚ ਆਏ ਆ ਤੇ ਗੁਰੂ ਰਾਮਦਾਸ ਸਾਹਿਬ ਸਾਨੂੰ ਸੁਖ ਦੇਣ ਇਹਨਾਂ ਦੇ ਮਨ ਵਿੱਚ ਇੱਛਾ ਹੈ ਹੋਣੀ ਚਾਹੀਦੀ ਹੈ ਜੇ ਗੁਰੂ ਜੀ ਦੇ ਚਰਣਾ ਚੋਂ ਸੁਖ ਦੀ ਇੱਛਾ ਨਹੀਂ ਹੋਣੀ ਤੇ ਕਿੱਥੋਂ ਹੋਣੀ ਹੈ ਜੀ ਮਹਾਰਾਜ ਸਾਨੂੰ ਸੁਖੀ ਕਰ ਦੇਣ ਏ ਇੱਛਾ ਰੱਖ ਕੇ ਇਹ ਬੋਲੇ ਹਨ ਜਨਮ ਮਰਨ ਕੋ ਤਰਾਸ ਹਮਾਰੇ ਭ੍ਰਮਣ ਮਿਟਾਵਹਿ ਮਿਟਾਵਹਿ ਜੇ ਦੁਖਵਾਰੇ ਇਹ ਕਹਿ ਲੱਗੇ ਸੱਚੇ ਪਾਸ਼ਾ ਬਾਰ ਬਾਰ ਜੰਮਣਾ ਤੇ ਬਾਰ ਬਾਰ ਮਰਣਾ ਅਸੀਂ ਸੁਣਿਆ ਬੜਾ ਵੱਡਾ ਦੁੱਖ ਹੈ ਦਾਸ ਨੇ ਅੱਗੇ ਵੀ ਬੜੀ ਬੜੀ ਬੇਨਤੀ ਕੀਤੀ ਹੈ ਜੰਮਣ ਮਰਣਾ ਦੁੱਖ ਸਭਾਇਆ ਜਨਮ ਸਮੇ ਬੜਾ ਦੁੱਖ ਹੁੰਦਾ ਹੈ ਜੀ ਕਹਿੰਦੇ ਹਜ਼ਾਰ ਵਿੱਚੂ ਡੰਗ ਮਾਰੇ ਜਿੰਨੀ ਦਰਦ ਹੁੰਦੀ ਓਨੀ ਜਨਮ ਸਮੇ ਹੁੰਦੀ ਹੈ ਜੀ ਮਰਨ ਸਮੇ ਵੀ ਬੜਾ ਵੱਡਾ ਦੁੱਖ ਹੁੰਦਾ ਹੈ ਇੱਕ ਵਾਰੀ ਜੰਮਣਾ ਮਰਣਾ ਨਹੀਂ ਪੈਂਦਾ ਇਹਦਾ ਬੜਾ ਵੱਡਾ ਲੰਮਾ ਚੱਕਰ ਹੈ ਖੇਡ ਕੀ ਹੈ ਸਾਧ ਸੰਗਤ ਜੀ ਜਦੋਂ ਜਨਮ ਹੁੰਦਾ ਉਦੋਂ ਸਾਡੀ ਅਚੇਤ ਅਵਸਥਾ ਹੁੰਦੀ ਹੈ ਸਾਨੂੰ ਉਦੋਂ ਪਤਾ ਨਹੀਂ ਲੱਗਦਾ ਦਰਦ ਉਦੋਂ ਵੀ ਬੜੀ ਹੁੰਦੀ ਹੈ ਪਰ ਉਸ ਦਰਦ ਨੂੰ ਅਸੀਂ ਹੁਣ ਭੁੱਲ ਜਾਂਨੇ ਆਂ ਜਿਤੇ ਕਰਕੇ ਸਾਧ ਸੰਗਤ ਜੀ ਜਨਮ ਸਮੇ ਦਾ ਦੁੱਖ ਜਿਹੜਾ ਹੈ ਨਾ ਉਹ ਬੰਦੇ ਨੂੰ ਯਾਦ ਨਹੀਂ ਰਹਿੰਦਾ ਤੇ ਮਰਨ ਸਮੇ ਦਾ ਜਿਹੜਾ ਦੁੱਖ ਹੈ ਉਹ ਉਦੋਂ ਹੀ ਬੰਦੇ ਨੂੰ ਪਤਾ ਲੱਗਦਾ ਹੈ ਜਦੋਂ ਮੌਤ ਆਉਂਦੀ ਹੈ ਔਰ ਤੋਂ ਪਹਿਲਾਂ ਨਹੀਂ ਪਤਾ ਲੱਗਦਾ ਮਹਾਰਾਜ ਜਨਮ ਦੇ ਵੀ ਤੇ ਮਰਨ ਦੇ ਵੀ ਦੋਵਾਂ ਦੇ ਦੁੱਖਾਂ ਤੋਂ ਗੁਰੂ ਰਾਮਦਾਸ ਸਾਹਿਬ ਆਪ ਮਿਹਰ ਕਰਕੇ ਸਾਨੂੰ ਬਚਾ ਲੈਣਾ ਗੱਜ ਕੇ ਆਖੋ ਵਿਹਾਏ ਗੁਰੂ ਕਹਿਣ ਲੱਗੇ ਮਹਾਰਾਜ ਜੰਮਣ ਮਰਣਾ ਬੜਾ ਵੱਡਾ ਦੁੱਖ ਹੈ ਮਹਾਰਾਜ ਸਾਨੂੰ ਇਸ ਦੁੱਖ ਤੋਂ ਸੱਚੇ ਪਾਤਸ਼ਾਹ ਆਪ ਬਚਾ ਲਓ ਜਨਮ ਅਨੇਕ ਧਰੇ ਹਮ ਪੁਨ ਹਮਰੇ ਮਹਾਰਾਜ ਅਸੀਂ ਸੁਣਿਆ ਅਨੇਕਾਂ ਜਨਮ ਪਹਿਲਾਂ ਵੀ ਧਾਰਨ ਕੀਤੇ ਆਪ ਜੀ ਜਿੱਥੇ ਬੈਠੇ ਹੋ ਇੱਥੇ ਇੱਕ ਜਨਮ ਦਾ ਕੋਈ ਨਹੀਂ ਬੈਠਾ ਸਾਧ ਸੰਗਤ ਦੀ ਪਹਿਲਾਂ ਵੀ ਬੜੇ ਜਨਮ ਧਾਰੇ ਆ ਮਾਰੋ ਜ ਕਈ ਜਨਮ ਧਾਰ ਕੇ ਤੇ ਹੁਣ ਇਹ ਸਰੀਰ ਮਿਲਿਆ ਸੱਚੇ ਪਾਤਸ਼ਾ ਰਾਗ ਦਵੇਸ਼ ਬਸ ਜੁਨਨ ਪਰੇ ਤੇ ਹੁਣ ਕੀ ਹੈ ਰਾਗ ਤੇ ਦਵੇਸ਼ ਪ੍ਰੇਮ ਤੇ ਈਰਖਾ ਚ ਫਸੇ ਹੋਏ ਆ ਗੱਜ ਕੇ ਆਖੋ ਵਾਹਿਗੁਰੂ ਹੈ ਤੇ ਸੱਚੀ ਹੈ ਇੱਕ ਨਾਲ ਪ੍ਰੇਮ ਹੈ ਦੂਜੇ ਨਾਲ ਈਰਖਾ ਹੈ ਜਿਹਦੇ ਨਾਲ ਪ੍ਰੇਮ ਹੈ ਤੇ ਜਿਹਦੇ ਨਾਲ ਈਰਖਾ ਹੈ ਦੋਵਾਂ ਕੰਮਾਂ ਚ ਫਸੇ ਹੀ ਆ ਅਸੀਂ ਦੀ ਮਹਾਰਾਜ ਕਿਸੇ ਨਾਲ ਹੀਰਖਾ ਕਰੀ ਜਾਂਦੇ ਆ ਕਿਸੇ ਨਾਲ ਪ੍ਰੇਮ ਕਰੀ ਜਾਂਦੇ ਆ ਮਹਾਰਾਜ ਇਸ ਕੰਮ ਚ ਫਸੇ ਆ ਫਿਰ ਜਨਮ ਮਰਨ ਦਾ ਦੁੱਖ ਹੈ ਜੂਨਾ ਦਾ ਦੁੱਖ ਹੈ ਮਹਾਰਾਜ ਅਸੀਂ ਉਹਦੇ ਵਿੱਚ ਫਸੇ ਹੋਏ ਆ ਤੁਸੀਂ ਮੰਨੋ ਜਾਂ ਨਾ ਮੰਨੋ ਇਹ ਦੁੱਖ ਸਭ ਨੂੰ ਹੀ ਹੈ ਪਰ ਕਈ ਇਸ ਦੁੱਖ ਨੂੰ ਦੁੱਖ ਮਹਿਸੂਸ ਨਹੀਂ ਕਰਦੇ ਫਰ ਗਿਆ ਹੈ ਹਾਂਜੀ ਅਬ ਚਲ ਆਏ ਸ਼ਰਨ ਤੁਮਾਰੀ हे ਗੁਰੂ ਰਾਮਦਾਸ ਜੀ ਹੁਣ ਅਸੀਂ ਆਪ ਜੀ ਦੇ ਸ਼ਰਨ ਵਿੱਚ ਚੱਲ ਕੇ ਆਏ ਹਾਂ ਹਾਂਜੀ ਕਰਹੁ ਕਿਰਪਾ ਕਰ ਸੁਗਤ ਹਮਾਰੀ ਮਹਾਰਾਜ ਸਾਡੇ ਤੇ ਆਪ ਕਿਰਪਾ ਕਰ ਦਿਓ ਬਖਸ਼ਿਸ਼ ਕਰ ਦਿਓ ਸਾਡੀ ਸੁਗਤੀ ਹੋ ਜਾਵੇ ਭਾਵ ਮਹਾਰਾਜ ਸਾਡੀ ਗਤੀ ਹੋ ਜਾਵੇ ਮੁਕਤੀ ਮਿਲ ਜਾਵੇ ਮਰਦ ਇਹਨਾਂ ਚੱਕਰਾਂ 'ਚ ਫਸਣਾ ਹੀ ਨਾ ਪਾਏ ਜੀ ਸੰਗਤ ਜੀ ਤੰਗ ਬੰਦੇ ਨੂੰ ਪ੍ਰੇਮ ਵੀ ਕਰਦਾ ਹੈ ਤੰਗ ਬੰਦੇ ਨੂੰ ਈਰਖਾ ਵੀ ਕਰਦੀ ਹੈ ਜੀ ਜਿਸ ਬੰਦੇ ਨਾਲ ਪ੍ਰੇਮ ਹੋਵੇ ਬੰਦੇ ਨੂੰ ਉਹ ਤੇ ਦੁੱਖ ਸੁੱਖ ਦਾ ਧਿਆਨ ਰਹਿੰਦਾ ਹੈ ਜੀ ਉਹ ਸੁਖੀ ਰਹੇ ਉਹ ਦੁਖੀ ਨਾ ਹੋਵੇ ਤੇ ਜਿਸ ਬੰਦੇ ਨਾਲ ਈਰਖਾ ਹੋਵੇ ਉਹ ਤੇ ਚਾਹੁੰਦਾ ਵੀ ਇਹ ਦੁਖੀ ਹੋਵੇ ਸੁਖੀ ਨਾ ਹੋਵੇ ਬੜਾ ਕੰਮ ਖਰਾਬ ਹੈਗਾ ਜੀ ਫਸਿਆ ਪਿਆ ਬੰਦਾ ਜੀ ਸਾਡੀ ਆਤਮਾ ਫਸੀ ਪਈ ਇਨਾਂ ਚੱਕਰਾਂ ਚ ਉਹ ਕਹਿੰਦੇ ਗੁਰੂ ਰਾਮਦਾਸ ਜੀ ਤੁਸੀਂ ਸਾਡੇ ਤੇ ਕਿਰਪਾ ਕਰ ਦਿਓ ਸਾਨੂੰ ਇਨਾਂ ਗੱਲਾਂ ਤੋਂ ਬਚਾ ਲਓ ਮਹਾਰਾਜ ਸੁਣ ਸ਼੍ਰੀ ਰਾਮਦਾਸ ਕਰ ਕਰੁਣਾ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰੂ ਰਾਮਦਾਸ ਜੀ ਨੇ ਜਦੋਂ ਸੁਣਿਆ ਮਹਾਰਾਜ ਦਇਆ ਦੇ ਘਰ ਚ ਆ ਗਏ ਜੀ ਸੇਖਰ ਦਾਸ ਕਰੇ ਪ੍ਰੇਮ ਨਾਲ ਮਹਾਰਜ ਕਿਉਂ ਨਹੀਂ ਦਇਆ ਦੇ ਘਰ ਚਾਉਂਦੇ ਜੀ ਮਹਾਰਜ ਦਇਆ ਦੇ ਘਰ ਵਿੱਚ ਆਏ ਸ਼ੁਭ ਉਪਦੇਸ਼ ਤਿਨਹੋਂ ਪ੍ਰਤ ਵਰਨਾ ਤੇ ਮਹਾਰਾਜ ਵਿਦੀ ਚੰਦ ਜੀ ਨੂੰ ਤੇ ਨੰਦ ਚੰਦ ਜੀ ਨੂੰ ਵਾਹਿਗੁਰੂ ਮਹਾਨੰਦ ਜੀ ਨੂੰ ਉਪਦੇਸ਼ ਦੇਣ ਲੱਗੇ ਸੱਚੇ ਪਾਤਸ਼ਾਹ ਹਾਂਜੀ ਆਪਣੋ ਜਬੈ ਸਰੂਪ ਪਛਾਨਹੁ ਜਨਮ ਮਰਨ ਤਬ ਬੰਦਨ ਹਾਨੋ ਗੱਜ ਕੇ ਆਖੋ ਬਚਨ ਮਹਾਰਾਜ ਦਾ ਬੜਾ ਡੂੰਗਾ ਤੇ ਇਹ ਉਦੋਂ ਸੁਣਦਾ ਸਮਝ ਆਉਂਦੀ ਜਦੋਂ ਡੂੰਗਾ ਜਾਂਦਾ ਹੈ ਬੰਦਾ ਮਹਾਰਾਜ ਕਹਿਣ ਲੱਗੇ ਆਨੰਦ ਮਹਾਨੰਦ ਤੇ ਵਿਧੀ ਚੰਦ ਜਿਨ੍ਹਾਂ ਚਿਰ ਤੱਕ ਤੁਸੀਂ ਆਪਣਾ ਰੂਪ ਨਹੀਂ ਜਾਣਦੇ ਉਹਨਾਂ ਚਿਰ ਤੱਕ ਜਨਮ ਮਰਨ ਤੇ ਬੰਧਨ ਚ ਪਏ ਰਹੋਗੇ ਇਹ ਸਮਝ ਲਓ ਵੀ ਤੁਹਾਡਾ ਅਸਲੀ ਰੂਪ ਕੀ ਹੈ ਇਹ ਸਮਝ ਲਓ ਤੇ ਜਨਮ ਮਰਨ ਦਾ ਨਾਸ਼ ਹੋ ਜਾਏਗਾ ਹੁਣ ਤੁਹਾਨੂੰ ਕੋਈ ਪੁੱਛ ਲੇ ਸਾਨੂੰ ਕੋਈ ਪੁੱਛ ਲੇ ਵੀ ਅਸਲੀ ਰੂਪ ਕੀ ਤੁਸੀਂ ਕਹਿਣਾ ਬੈਠੇ ਆ ਟੌਰ ਨਾ ਇਹੋ ਅਸਲੀ ਰੂਪ ਹੈ ਸਾਡਾ ਹਾਂਜੀ ਹੱਥ ਜੋਰ ਸੁਨ ਦੌਨ ਬਖਾਨੈ ਤੇ ਮਹਾਰਾਜ ਕਹਿਣ ਲੱਗੇ ਤੁਹਾਨੂੰ ਪਤਾ ਤੁਹਾਡਾ ਅਸਲੀ ਰੂਪ ਕਿਹੜਾ ਹੈ ਤੋ ਹੱਥ ਜੋੜ ਕੇ ਦੋਵੇਂ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਜੀ ਹਮ ਤੋ ਇਹੋ ਸਰੂਪ ਨਿਜ ਜਾਣੈ ਮਹਾਰਾਜ ਅਸੀਂ ਤਾਂ ਆਪਣਾ ਰੂਪ ਇਹੋ ਹੀ ਜਾਣਦੇ ਆ ਕਿਹੜਾ ਉਹ ਸੁਣੋ ਹਾਂਜੀ ਜਨਮੇ ਹੋਏ ਨੰਦਨ ਖੱਤਰੀਨ ਖੱਤਰੀਆਂ ਦੇ ਘਰ ਜੰਮੇ ਆ ਗੱਜ ਕੇ ਆਖੋ ਵਾਹਿਗੁਰੂ ਖੱਤਰੀਆਂ ਦੇ ਘਰ ਸਾਡਾ ਜਨਮ ਹੋਇਆ ਹਾਂਜੀ ਖੱਤਰੀ ਹੈ ਨਰ ਤਨ ਮਨ ਚੀਨ ਤੇ ਅਸੀਂ ਖੱਤਰੀ ਆ ਤਨ ਤੋਂ ਵੀ ਤੇ ਮਨ ਤੋਂ ਵੀ ਹਾਂਜੀ ਇਹ ਤੇ ਕੋਈ ਗੱਲ ਨਾ ਹੋਈ ਦੀ ਵੀ ਮੈਂ ਅਸੀਂ ਖੱਤਰੀਆਂ ਦੇ ਘਰ ਜੰਮੇ ਆ ਤੇ ਖਤਰੀ ਸਾਡਾ ਤਨ ਮਨ ਹੈ ਨਿੱਜੀ ਰੂਪ ਆਤਮਕ ਰੂਪ ਇਹਦੇ ਤੋਂ ਵੀ ਅੱਗੇ ਹੈ ਸੂਖਸ਼ਮ ਹੈ ਹਾਂਜੀ ਪੂਰਬ ਬਾਲਕ ਬਾਇ ਕੋ ਤਰੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਪਹਿਲਾਂ ਅਸੀਂ ਬੱਚੇ ਸਾਂ ਛੋਟੇ ਸਾਂ ਹਾਂਜੀ ਤਾਰुण ਭਾਏ ਅਬ ਬਹੁ ਬਲ ਭਰੇ ਫੇਰ ਮਹਾਰਾਜ ਅਸੀਂ ਜਵਾਨ ਹੋ ਗਏ ਤੇ ਜਦੋਂ ਮਹਾਰਾਜ ਜਵਾਨ ਹੋ ਗਏ ਤੇ ਹੁਣ ਸਾਡੇ 'ਚ ਬਲ ਹੈ ਰਿਸ਼ਟਪੁਸ਼ਟ ਹੈ ਬਸੇ ਹੋਈ ਐ ਅਸੀਂ ਮਹਾਰਾਜ ਹਾਂਜੀ ਬਿਨ ਤਨ ਅਪਰ ਕਛੂ ਨਹ ਜਾਣੈ ਬਸ ਆ ਸਾਡਾ ਸ਼ਰੀਰ ਐ ਇਹ ਸਾਡਾ ਰੂਪ ਐ ਅਸੀਂ ਇਸੇ ਰੂਪ ਨੂੰ ਜਾਣਦੇ ਹਾਂ ਹਾਂਜੀ ਆਪਣੋ ਰੂਪ ਇਹੀ ਹਮ ਮੰਨਿ ਅਸੀਂ ਤੈਨੂੰ ਹੀ ਆਪਣਾ ਰੂਪ ਮੰਨਦੇ ਹਾਂ ਪਰ ਸਾਧ ਸੰਗਤ ਜੀ ਵੈਸੇ ਜੋ ਇਹ ਬੋਲ ਰਹੇ ਐ ਬਹੁਤਾਤ ਦੁਨੀਆ ਇਹੋ ਹੀ ਕਹਿੰਦੀ ਐ ਬਬ ਸ੍ਰੀ ਸਤਗੁਰ ਬਾਖ ਉਚਾਰਾ ਬਹੁਤਾੰਤ ਦੁਨੀਆ ਇਹੋ ਹੀ ਕਹਿੰਦੀ ਆ ਵੀ ਮੈਂ ਇਹੋ ਹੀ ਮੇਰਾ ਰੂਪ ਹੈ ਮੈਂ ਸਰੀਰ ਆਹ ਮੇਰਾ ਕੋਲ ਹੈ ਆਹ ਮੇਰਾ ਨਾਮ ਹੈ ਤੇ ਜਿੱਡਾ ਕਿ ਸਰੀਰ ਹੈ ਉਡਾ ਕਿ ਸਾਡਾ ਰੂਪ ਹੈ ਜੀ ਪਰ ਨਹੀਂ ਇਹ ਗੱਲ ਸਰਵਣ ਕਰਨ ਵਾਸਤੇ ਤੁਹਾਨੂੰ ਬਹੁਤ ਡੂੰਘੇ ਜਾਣਾ ਪੈਣਾ ਜੀ ਬਹੁਤ ਡੂੰਘੇ ਜਾਣਾ ਪੈਣਾ ਜੀ ਆਪਣਾ ਅਸਲੀ ਰੂਪ ਪਛਾਣਨ ਵਾਸਤੇ ਉੱਤੋਂ-ਉੱਤੋਂ ਤਰਦੀਆਂ-ਤਰਦੀਆਂ ਗੱਲਾਂ ਦੇ ਨਾਲ ਅਸਲੀ ਰੂਪ ਨਹੀਂ ਪਛਾਣਿਆ ਜਾਂਦਾ ਅਸਲੀ ਰੂਪ ਪਛਾਣਨਾ ਤੇ ਤੁਹਾਨੂੰ ਡੂੰਘੇ ਜਾਣਾ ਪੈਣਾ ਹੈ। ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਉਹਨਾਂ ਦੀ ਗੱਲ ਸੁਣ ਕੇ ਕਹਿਣ ਲੱਗੇ ਮਾਤ ਪਿਤਾ ਨੇ ਇਹੋ ਤਨ ਧਾਰਾ ਮਹਾਰਾਜ ਕਹਿਣ ਲੱਗੇ ਤੇ ਮਾਤਾ ਪਿਤਾ ਦਾ ਬਣਾਇਆ ਸਰੀਰ ਹੈ। ਗੱਜ ਕੇ ਆਖੋ ਵਾਹਿਗੁਰੂ ਮਹਾਰਜ ਬਾਣੀ ਵਿੱਚ ਲਿਖਦੇ ਆ ਨਾ ਕਿ ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਜਾਰ ਹਾਂਜੀ ਮਾਂ ਕੀ ਵਾਹਿਗੁਰੂ ਪਿਤਾ ਦਾ ਬਿੰਦ ਹੈ ਮਾਤਾ ਦਾ ਰਕਤ ਹੈ ਉਹਦੇ ਸੁਮੇਲ ਨਾਲ ਸਰੀਰ ਬਣਿਆ ਹੈ ਜੀ ਮਹਾਰਾ ਕਹਿੰਦੇ ਤੇ ਸਰੀਰ ਦੀ ਖੇਡ ਹੈ ਸਰੀਰ ਜੰਮਿਆ ਖਤਰਿਆਂ ਦੇ ਘਰ ਜਾਤ ਰੋ ਨਾਮ ਤਿਨਹੋਂ ਕਲਪਾਏ ਜਾਤ ਤੇ ਨਾਮ ਉਥੋਂ ਹੀ ਬਣਿਆ ਨਾ ਜਿਸ ਕੁੱਲ ਚ ਜਨਮ ਹੋ ਗਿਆ ਜੈਸੇ ਮਾਤਾ ਪਿਤਾ ਮਿਲ ਗਏ ਹਾਂ ਨਿਜ ਮਤ ਕਹਿ ਵਿਵਹਾਰ ਬਤਾਏ ਤੇ ਆਪਣੀ ਮਤ ਅਨੁਸਾਰ ਉਹਨਾਂ ਤੁਹਾਨੂੰ ਕੰਮ-ਕਾਰ ਦੱਸੇ ਵੀ ਪੁੱਤ ਆ ਸਾਡੀ ਖੇਤੀ ਕਾਟ ਬਾੜੀ ਦਾ ਕੰਮ ਐ ਆ ਸਾਡਾ ਕੰਮ ਐ ਬੰਦਾ ਉਸ ਕੰਮ ਚ ਲੱਗ ਜਾਂਦਾ ਜੀ ਦੋਮਤੋ ਇਸਤਨ ਪੂਰਬ ਹੁਤੇ ਗੱਜ ਕੇ ਆਖੋ ਵਾਹਿਗੁਰੂ ਬੜੀ ਡੂੰਗੀ ਗੱਲ ਤੇ ਗੁਰੂ ਰਾਮਦਾਸ ਜੀ ਉਹਨਾਂ ਨੂੰ ਕਹਿ ਰਹੇ ਮਹਾਨੰਦ ਤੇ ਵਿddੀਚੰਦ ਹੱਥ ਜੋੜ ਕੇ ਮਹਾਰਾਜ ਦੇ ਬਚਨ ਸੁਣਨਦੇ ਆ ਮਹਾਰਾਜ ਕਹਿਣ ਲੱਗੇ ਪਿਆਰਿਓ ਜਦੋਂ ਇਹ ਸਰੀਰ ਨਹੀਂ ਸੀ ਤੁਸੀਂ ਉਦੋਂ ਵੀ ਸੀਗੇ ਕਹਿਣ ਲੱਗੇ ਸੰਗਤੀ ਦੇ ਤੋਂ ਬੰਦਾ ਸਾਧਨਾ ਕਰਦਾ ਹੈ ਨਾ ਫਿਰ ਪਤਾ ਲੱਗਦਾ ਹੈ ਓੰਜ ਨਹੀਂ ਇਹ ਗੱਲਾਂ ਦਾ ਪਤਾ ਲੱਗਣਾ ਕਈ ਵਾਰੀ ਇਹ ਗੱਲਾਂ ਬੰਦੇ ਨੂੰ ਬੋਰ ਕਰਨ ਲੱਗ ਪੈਂਦੀਆਂ ਵੀ ਇਹ ਤਾਂ ਬੋਰ ਗੱਲਾਂ ਨੇ ਪਰ ਨਹੀਂ ਮਾਰਕਣ ਲੱਗੇ ਤੁਮ ਤੋਂ ਇਸ ਤਨ ਪੂਰਬ ਹੁਤੇ ਤੁਸੀਂ ਤਾਂ ਇਸ ਸਰੀਰ ਤੋਂ ਪਹਿਲਾਂ ਵੀ ਸੀ ਹਾਂਜੀ ਕਰੇ ਕਰਮ ਫਲ ਤਿਸ ਕੇ ਲਿਤੇ ਹਾਂ ਕਰਮਾ ਕਰਕੇ ਤੇ ਤੁਹਾਨੂੰ ਸਰੀਰ ਮਿਲਿਆ ਜਿਹੋ ਜੇ ਤੁਸੀਂ ਕੰਮ ਕੀਤੇ ਐ ਉਹ ਜਾਂ ਸਰੀਰ ਮਿਲ ਗਿਆ ਤੁਹਾਨੂੰ ਭਲਾ ਬੁਰਾ ਜਿਮ ਪੁਰਬ ਕੀਨ ਮਹਾਰਾਜ ਕਹਿੰਦੇ ਪਿਆਰਿਓ ਪਹਿਲੇ ਜਨਮਾਂ ਚ ਚੰਗਾ ਕੀਤਾ ਬੁਰਾ ਕੀਤਾ ਜੋ ਕਰਮ ਕੀਤਾ ਤੁਸਾਂ ਤਿਸ ਤੇ ਦੁੱਖ ਸੁਖ ਭੋਗਨ ਕੀਨ ਉਹਦਾ ਦੁੱਖ ਸੁਖ ਭੋਗਣ ਵਾਸਤੇ ਸਰੀਰ ਮਿਲਿਆ ਉਹਦਾ ਦੁੱਖ ਸੁਖ ਭੋਗਣ ਵਾਸਤੇ ਕੌਣ ਕਹਿ ਰਿਹਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਹਨ ਇਹ ਤਨ ਤਜ ਪੁਨ ਧਾਰੋ ਔਰ ਇਹ ਸਰੀਰ ਛੱਡ ਦੋਗੇ ਸਰੀਰ ਮਰ ਜਾਏਗਾ ਬਿਨਸ ਜਾਏਗਾ ਪਰ ਮਾਰੇ ਕਹਿੰਦੇ ਤੁਸੀਂ ਕਿੱਥੇ ਜਾਓਗੇ ਗੱਜ ਕੇ ਆਖੋ ਦਾਸ ਨੇ ਅੱਗੇ ਵੀ ਬੜੀ ਬੜੀ ਕਿਹਾ ਹੈ ਸਰੀਰ ਦਾ ਸਸਕਾਰ ਕਰ ਲੋਗੇ ਆਤਮਾ ਦਾ ਸਸਕਾਰ ਨਹੀਂ ਹੋਣਾ ਆਤਮਾ ਮਾਉਂ ਦਾ ਸਸਕਾਰ ਨਹੀਂ ਹੋਣਾ ਮਾਰਦ ਕਹਿੰਦੇ ਇਹ ਸਰੀਰ ਛੱਡ ਦੋਗੇ ਅਗਲਾ ਸਰੀਰ ਫਿਰ ਤੁਹਾਨੂੰ ਮਿਲ ਜੇਗਾ ਕਰ ਹੋ ਕਰਮ ਭੋਗੋ ਤਿਸਠਾਰ ਜੋ ਹੁਣ ਕੀਤਾ ਉਹ ਅਸਜੂਨੀ ਚ ਭੋਗ ਲਓਗੇ ਕਹਿਣ ਲੱਗੇ ਹਾਂਜੀ ਤਨ ਉਪਜਨ ਤੇ ਹੁਤੇ ਅਗੇਰੇ ਤਨ ਬਿਨ ਸੇ ਪੁਨ ਰਹੋ ਪਸ਼ੇਰੇ ਮਾ ਤਨ ਉਪਜਨ ਤੇ ਹੁਤੇ ਅਗੇਰੇ ਸਰੀਰ ਦੇ ਉਪਜਨ ਤੋਂ ਪਹਿਲਾਂ ਵੀ ਤੁਸੀਂ ਸੀ ਇਸ ਸਰੀਰ ਦੇ ਨਾਸ ਹੋਣ ਤੋਂ ਬਾਅਦ ਵੀ ਤੁਸੀਂ ਹੋਣਾ ਹੈ ਇਹਦਾ ਮਤਲਬ ਸਾਡੀ ਇਹ ਜ਼ਿੰਦਗੀ ਸਾਡੇ ਸਰੀਰ ਕਰਕੇ ਨਹੀਂ ਹੈਗੀ ਜ਼ਿੰਦਗੀ ਕਿਸੇ ਹੋਰ ਚੀਜ਼ ਦਾ ਨਾਮ ਹੈ ਜੀ ਸਰੀਰ ਦੀ ਕੋਈ ਜ਼ਿੰਦਗੀ ਨਹੀਂ ਹੈ ਜ਼ਿੰਦਗੀ ਰੂਹ ਦੀ ਹੁੰਦੀ ਹੈ ਜੀ ਹਾਂਜੀ ਆਤਮਿਕ ਰੂਪ ਦੀ ਹੁੰਦੀ ਹੈ ਜਦੋਂ ਸਰੀਰ ਨਹੀਂ ਸੀ ਉਦੋਂ ਵੀ ਅਸੀਂ ਸਾਹ ਜਦੋਂ ਸਰੀਰ ਨਹੀਂ ਰਹੇਗਾ ਉਦੋਂ ਵੀ ਅਸੀਂ ਰਹਾਂਗੇ ਹਾਂਜੀ ਆਦ ਅੰਤ ਤਨ ਕੇ ਜਬ ਰਹੇ ਤਨ ਨਿਜ ਰੂਪ ਕਤੋ ਤੁਮ ਲਹੇ ਮਹਾਰਾਜ ਕਹਿਣ ਲੱਗੇ ਤਨ ਤੋਂ ਪਹਿਲਾਂ ਬਾਅਦ ਵਿੱਚ ਵੀ ਜਿਹੜਾ ਰਹਾ ਉਹ ਮਹਾਰਾਜ ਕਹਿੰਦੇ ਆਪਣਾ ਰੂਪ ਕਦੀ ਵੇਖਿਆ ਤੇ ਆਦ ਅੰਤ ਤਨ ਕੇ ਜਬ ਰਹੇ ਜਦੋਂ ਸਰੀਰ ਦਾ ਸ਼ੁਰੂਆਤ ਹੋਈ ਐਂਡ ਖਤਮ ਹੋ ਗਿਆ ਓਰੇ ਤੋਂ ਪਹਿਲਾਂ ਵੀ ਸੀ ਤੇ ਬਾਅਦ ਵੀ ਰਹਿਣਾ ਉਹਨੂੰ ਕਦੀ ਵੇਖਿਆ ਤੁਸੀਂ ਗੱਜ ਗਿਆ ਵਾਹਿਗੁਰੂ ਸੰਗਤ ਜੀ ਜੇ ਆਪਾਂ ਹੀ ਇੱਕ ਗੱਲ ਪੁੱਛ ਲਈਏ ਕਿ ਤੁਸੀਂ ਕਦੀ ਆਪਣੀ ਆਤਮਾ ਦੇਖੀ ਹੈ ਤੇ ਬਹੁਤਿਆਂ ਨੇ ਕਹਿਣਾ ਜੀ ਨਹੀਂ ਦੇਖੀ ਪਰ ਗੁਰਮੁਖ ਰੋਜ਼ ਵੇਖਦੇ ਹਨ ਮਾਰਾ ਕਹਿੰਦੇ ਮਨ ਤੂੰ ਜੋਤ ਸਰੂਪ ਹੈ 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 ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਮਨ ਮੁਖ ਆਪਣਾ ਮੂਲ ਨਹੀਂ ਪਛਾਣਦੇ ਗੁਰਮੁਖ ਪਛਾਣ ਲੈਂਦੇ ਹਨ ਇੰਨਾ ਫਰਕ ਹੈ ਅਸੀਂ ਆਪਣੀ ਆਤਮਾ ਨਹੀਂ ਵੇਖੀ ਗੁਰਮੁਖਾਂ ਨੇ ਵੇਖੀ ਹੁੰਦੀ ਹੈ ਉਹ ਆਪਣੇ ਆਪ ਨੂੰ ਸਰੀਰ ਤੋਂ ਵੱਖ ਸਮਝਦੇ ਮਹਾਰਜ ਕਹਿਣ ਲੱਗੇ ਬਿਦੀ ਚੰਦ ਮਹਾਨੰਦ ਉਹਦੀ ਉਹਨੂੰ ਕਦੀ ਵੇਖਿਆ ਜੋ ਤੁਸੀਂ ਹੋ ਤੇ ਸੱਚ ਤੇ ਆਪਣੇ ਆਪ ਨੂੰ ਬੰਦੇ ਨੇ ਕਦੀ ਨਹੀਂ ਵੇਖਿਆ ਜੀ ਆਤਮਾ ਦੀ ਤੇ ਛੱਡੋ ਆਹ ਸਰੀਰ ਨੂੰ ਬੰਦਾ ਆਪਣੇ ਸਰੀਰ ਨੂੰ ਆਪ ਨਹੀਂ ਤੇ ਵੇਖ ਸਕਦਾ ਜਿੰਨਾ ਚਿਰ ਜਿਉਂਦਾ ਹੈਗਾ ਜੀ ਤੁਸੀਂ ਮੇਰੇ ਸਰੀਰ ਨੂੰ ਵੇਖ ਰਹੇ ੱਚ ਪਰ ਤੁਸੀਂ ਆਪਣੇ ਸਰੀਰ ਨੂੰ ਨਹੀਂ ਵੇਖ ਸਕਦੇ ਜੀ ਕੋਈ ਨਹੀਂ ਵੇਖ ਸਕਦਾ ਆਪਣੇ ਸਰੀਰ ਨੂੰ ਵੇਖਣ ਵਾਸਤੇ ਆਪਣੇ ਤੋਂ ਵੱਖ ਹੋਣਾ ਪੈਣਾ ਹੈ ਜੀ ਫਿਰ ਸਰੀਰ ਵੇਖਦਾ ਉਹ ਨਹੀਂ ਵੇਖਦਾ ਸ਼ੀਸ਼ੇ 'ਚ ਵੇਖਣਾ ਵੇਖਣਾ ਨਹੀਂ ਹੈਗਾ ਨਿਹੰਗ ਸਿੰਘ ਤੋਂ ਉਹਨੂੰ ਚੁਗਲ ਕਹਿੰਦੇ ਆ ਉਹ ਤੁਗਲ ਹੈ ਉਹ ਤੁਗਲ ਹੈ ਇੰਜ ਵੇਖਣਾ ਆਪਣੇ ਆਪ ਨੂੰ ਮਾਰਰ ਗਰੀਬ ਨਵਾਜ਼ ਕਹਿੰਦੇ ਐ ਸੱਚੇ ਪਾਤਸ਼ਾਹ ਤਨ ਨਿਜ ਰੂਪ ਕੁਤੋ ਤੁਮ ਲਹੇ ਤੁਸੀਂ ਕੀ ਸਰੀਰ ਨੂੰ ਹੀ ਆਪਣਾ ਰੂਪ ਜਾਣਿਆ ਹੋਇਆ ਹਾਂਜੀ ਤਨ ਕੂਰਾ ਸਮ ਬਸਤਰ ਲਖਾ ਹੈ ਇਹ ਤੇ ਝੂਠਾ ਹੈ ਗੱਜ ਕੇ ਆਖੋ ਵਾਹਿਗੁਰੂ ਸਰੀਰ ਹੈ ਝੂਠਾ ਅਸੀਂ ਇਹਨੂੰ ਸਵਾਰਨ ਚ ਧਿਆਨ ਲਾਇਆ ਸਾਰਾ ਜੀ ਏ ਠੁਠਾ ਤੇ ਮਾਰਾ ਕਹਿੰਦੇ ਕਿਦੇ ਵਰਗਾ ਕੱਪੜੇ ਵਰਗਾ ਜਿਹੜੇ ਕੱਪੜੇ ਤੁਸੀਂ ਕੱਲ ਪਾਏ ਸੀ ਅੱਜ ਨਹੀਂ ਪਾਏ ਜੀ ਆਪਾਂ ਬਦਲ ਦਿੰਨੇ ਆ ਹਾਂ ਜੀਰਨ ਭਏ ਅਪਰ ਧਰ ਲੈ ਹੋ ਕੱਪੜੇ ਖਰਾਬ ਹੋ ਜਾਣ ਬੰਦਾ ਸੁੱਟ ਦਿੰਦਾ ਹੈ ਸਰੀਰ ਬੁੱਢਾ ਹੋ ਜਾਏਗਾ ਆਤਮਾ ਸਰੀਰ ਨਵਾਂ ਲੈ ਲੇਗੀ ਮਹਾਰਾਜ ਕਹਿੰਦੇ ਹਾਂਜੀ ਤਾਂ ਤੇ ਤਨ ਪਟ ਪਹਿਰਹਿ ਜੋਏ ਆਪਣੇ ਸਰੂਪ ਜਾਣੀਐ ਸੋਏ ਤਾਂ ਤੇ ਤਨਪਟ ਪਹਿਰਹਿ ਜੋਏ ਜਿਵੇਂ ਸ਼ਰੀਰ ਤੇ ਕੱਪੜੇ ਪਾਈਦੇ ਐ ਅਸੀਂ ਸਾਡਾ ਸ਼ਰੀਰ ਕੱਪੜੇ ਬਦਲਦਾ ਹੈ ਸ਼ਰੀਰ ਕੱਪੜੇ ਬਦਲਦਾ ਆਤਮਾ ਸ਼ਰੀਰ ਬਦਲਦੀ ਹੈ ਗੱਜ ਕੇ ਆਖੋ ਵਾਹਿਗੁਰੂ ਗੱਲ ਆਪ ਜੀ ਦੇ ਪਕੜ ਚ ਆ ਗਈ ਹੋਏਗੀ ਗੁਰੂ ਰਾਮਦਾਸ ਸਾਹਿਬ ਕਹਿੰਦੇ ਪਿਆਰਿਓ ਸ਼ਰੀਰ ਕੱਪੜੇ ਬਦਲਦਾ ਹੈ ਆਤਮਾ ਸ਼ਰੀਰ ਬਦਲ ਲੈਂਦੀ ਹੈ ਹਾਂਜੀ ਕਬ ਹੂੰ ਮਰੈ ਨਾ ਮਾਰਿਓ ਜਾਏ ਉਹ ਨਹੀਂ ਮਰਦੀ ਕਪੜੇ ਝੂਠੇ ਐ ਸੜ ਜਾਣਗੇ ਸ਼ਰੀਰ ਝੂਠਾ ਸੜ ਜਾਏਗਾ ਪਰ ਆਤਮਾ ਨਹੀਂ ਸੜਦੀ ਆਤਮਾ ਨਹੀਂ ਮਰਦੀ ਤੇ ਸੱਚ ਐ ਜੋ ਅਸੀਂ ਹਾਨਾ ਮਰਨਾ ਐ ਨਾ ਸੜਨਾ ਹੈ ਹਾਂਜੀ ਜਲ ਡੂਬੈ ਨਹ ਅਗਨ ਜਲਾਏ ਮਾਰਦ ਕਹਿੰਦੇ ਜੋ ਤੁਸੀਂ ਹੋ ਤੁਸੀਂ ਡੁੱਬ ਵੀ ਨਹੀਂ ਸਕਦੇ ਤੁਹਾਨੂੰ ਅੱਗ ਸਾੜ ਨਹੀਂ ਸਕਦੀ ਬੰਦੇ ਨੂੰ ਪਤਾ ਲੱਗ ਜੇ ਟਿਕ ਕੇ ਬਹਿਣਾ ਜੇ ਸਿਮਰਨ ਕਰਨ ਲੱਗ ਪਏ ਇਹ ਗੱਲਾਂ ਵਿਖਣ ਲੱਗ ਪੈਂਦੀਆਂ ਆ ਆਤਮਾ ਨੂੰ ਵੇਖਣਾ ਹੋਵੇ ਨਾ ਆਤਮਾ ਨੂੰ ਸਭ ਤੋਂ ਪਹਿਲਾਂ ਚੌਂਕੜੀ ਮਾਰ ਕੇ ਸਿਮਰਨ ਕਰੋ ਤੇ ਜਿਉਂ-ਜਿਉਂ ਪਹਿਲਾਂ-ਪਹਿਲਾਂ ਤੁਸੀਂ ਬੋਲ ਕੇ ਨਾਮ ਜਪੋਗੇ ਜਿਉਂ-ਜਿਉਂ ਫਿਰ ਬੋਲਣ ਕੇ ਨਾਮ ਜਪਣਾ ਬੰਦ ਹੋ ਜਾਏਗਾ ਨਾਮ ਅੰਦਰ ਚੱਲਣ ਲੱਗ ਪਏਗਾ ਸਰੀਰ ਪੂਰਾ ਟਿਕ ਜਾਏਗਾ ਹੌਲੀ ਹੌਲੀ ਤੁਹਾਨੂੰ ਆਤਮਾ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ ਜੀ ਪਤਾ ਲੱਗ ਜਾਏਗਾ ਮੈਂ ਸਰੀਰ ਨਹੀਂ ਹਾਂ ਹਾਂਜੀ ਤਨ ਝੂਠੋ ਸਤ ਰੂਪ ਤੁਮਾਰਾ ਸਰੀਰ ਮਹਾਰਾਜ ਕਹਿੰਦੇ ਮਹਾਨੰਦ ਵਿਧੀ ਚੰਦ ਝੂਠਾ ਹੈ ਸੱਚਾ ਰੂਪ ਜਿਹੜਾ ਹੈ ਨਾ ਤੁਹਾਡਾ ਤਨ ਦੁੱਖ ਤੁਮਹੋਂ ਆਨੰਦ ਉਦਾਰਾ ਮਹਾਰਾਜ ਕਹਿਣ ਲੱਗੇ ਸਰੀਰ ਝੂਠਾ ਹੈ ਤੁਹਾਡਾ ਰੂਪ ਸੱਚਾ ਹੈ ਤੁਸੀਂ ਸੱਚੇ ਹੋ ਤੁਸੀਂ ਰਹਿਣਾ ਹੈ ਸਰੀਰ ਤੇ ਨਾਸ ਹੋਣਾ ਤਨ ਦੁਖ ਤੁਮ ਹੋ ਆਨੰਦ ਉਦਾਰਾ ਸਰੀਰ ਨੂੰ ਦੁੱਖ ਮਿਲਦਾ ਸਰੀਰ ਦੁਖੀ ਹੁੰਦਾ ਤੁਸੀਂ ਤੇ ਆਨੰਦ ਵਾਲੇ ਹਾਂ ਹਾਂ ਤਨ ਜੜ ਹੈ ਚੇਤਨ ਨਿਜ ਰੂਪ ਸਰੀਰ ਜੜ ਹੈ ਤੇ ਜਿਹੜਾ ਤੁਹਾਡਾ ਨਿੱਜੀ ਸਰੂਪ ਹੈ ਉਹ ਚੇਤਨ ਹੈ ਸਰੀਰ ਜੜ ਹੈ ਸਾਧ ਸੰਗਤ ਜੀ ਆਤਮਾ ਨਿਕਲ ਗਈ ਉੱਥੇ ਪਿਆ ਕੋਦ ਨਹੀਂ ਕਰ ਸਕਦਾ ਜੀ ਆਤਮਾ ਤੁਰ ਫਿਰ ਸਕਦੀ ਹੈ ਹਾਂਜੀ ਆਸ નિਸ਼ਚੈ ਔਰ ਧਰੋ ਅਨੂਪ ਤੇ ਇਹ ਗੱਲ ਆਪਣੇ ਹਿਰਦੇ ਚ ਧਾਰੋ ਵੀ ਮੈਂ ਸਰੀਰ ਨਹੀਂ ਹਾਂ ਗੱਜ ਕੇ ਆਖੋ ਵਾਹਿਗੁਰੂ ਸਿੱਧੀ ਦੀ ਗੱਲ ਹੈ ਕਦੀ ਸਾਧ ਸੰਗਤ ਜੀ ਆਪਾਂ ਇਹ ਕਹਿੰਨੇ ਆ ਕੀ ਆ ਮੇਰੀ ਲਤ ਪੀੜ ਹੋ ਰਹੀ ਹੈ ਉਦਾਹਰਣ ਦੇ ਤੌਰ ਤੇ ਆਪਾਂ ਕੀ ਕਹਿੰਨੇ ਆ ਲਤ ਪੀੜ ਹੋ ਰਹੀ ਮੇਰੀ ਪਰ ਇਹਦਾ ਮਤਲਬ ਲਤ ਮੇਰੀ ਹੈ ਮੈਂ ਲਤ ਨਹੀਂ ਹੈਗਾ ਜੀ ਇਹੋ ਹੀ ਮਤਲਬ ਹੈ ਨਾ ਮੈਂ ਲਤ ਨਹੀਂ ਆ ਲਤ ਮੇਰੀ ਹੈ ਪਰ ਮੈਂ ਲਤ ਨਹੀਂ ਹੈ ਸਮਝਣ ਵਾਸਤੇ ਮੋਟੀ ਜੀ ਉਦਾਹਰਣ ਹੋਰ ਸੁਣੋ ਪੈਨ ਹੈ ਸਾਡੇ ਹੱਥ 'ਚ ਅਸੀਂ ਕਹਿੰਨੇ ਪੈਨ ਮੇਰਾ ਹੈ ਪੈਨ ਮੇਰਾ ਹੈ ਪਰ ਮੈਂ ਤੇ ਪੈਨ ਨਹੀਂ ਨਾ ਹੈਗਾ ਮੈਂ ਪੈਨ ਨਹੀਂ ਹੁਣ ਉਹ ਅਸੀਂ ਪੈਨ ਦੀ ਗੱਲ ਅੱਗੋਂ ਆਉ ਸਰੀਰ ਦੀ ਲੱਤ ਮੇਰੀ ਹੈ ਮੈਂ ਲੱਤ ਨਹੀਂ ਇਹਦਾ ਮਤਲਬ ਇਹ ਹੈ ਵੀ ਲੱਤ ਤੇ ਸਰੀਰ ਦੀ ਹੈ ਤੇ ਮੈਂ ਸਰੀਰ ਵੀ ਨਹੀਂ ਹਾਂ ਲੱਤ ਹੋਰ ਹੈ ਮੈਂ ਹੋਰ ਹਾਂ ਉਹ ਜਿਹੜਾ ਮੈਂ ਹੋਰ ਆ ਨਾ ਇਹਨੂੰ ਹੰਕਾਰ ਵਾਲਾ ਮੈਂ ਨਾ ਸਮਝਿਓ ਉਹ ਜਿਹੜਾ ਬੰਦਾ ਕਹਿੰਦਾ ਨਾ ਮੈਂ ਹੋਰ ਆ ਉਸਲ ਚ ਉਹ ਆਤਮਾ ਹੈ ਉਹ ਰੱਬ ਹੈ ਹਾਂਜੀ ਸੁਣ ਦੋਨੋਂ ਕੀਨਸ ਅਰਦਾਸ ਉਹਨਾਂ ਨੂੰ ਗੱਲਾਂ ਅਧੀਆਂ ਸਮਝਾਈਆਂ ਤੇ ਅਧੀਆਂ ਨਹੀਂ ਆਈਆਂ ਹਾਂਜੀ ਅੱਜ ਕਿ ਆਖੋ ਉਹਨਾਂ ਮਹਾਰਾਜ ਅਗੇ ਅਰਦਾਸ ਕੀਤੀ ਦੋਵਾਂ ਨੇ ਜੀ ਤੁਸੀਂ ਵੀ ਹੱਥ ਜੋੜੋ ਸਾਰੇ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਮ ਹਮ ਕੋ ਅਸਰੂਪ ਪ੍ਰਕਾਸ਼ اے ਸਚੇ ਪਾਤਸ਼ਾਹ ਜਿਸ ਰੂਪ ਦੀ ਆਪ ਜੀ ਗੱਲ ਕਰ ਰਹੇ ਹੋ ਮਹਾਰਾਜ ਉਹ ਰੂਪ ਸਾਨੂੰ ਮਿਲੇਗਾ ਕਿਵੇਂ ਉਸ ਰੂਪ ਦਾ ਪ੍ਰਕਾਸ਼ ਕਿਵੇਂ ਹੋਏਗਾ ਮਹਾਰਾਜ ਅਸੀਂ ਕਿੱਥੋਂ ਕਿਵੇਂ ਸਾਡੀ ਪਹੁੰਚ ਹੋਏਗੀ ਉੱਥੋਂ ਤੱਕ ਤਨ ਹੰਤਾ ਤਜ ਤਿਸ ਮਹਿ ਤਰੈ ਸਹੀ ਸਰੂਪ ਅਪਣੋ ਕਰਾਂ ਮੇ ਸਾਡਾ ਸਰੀਰ ਤੋਂ ਧਿਆਨ ਹਟੇ ਆਤਮਿਕ ਰੂਪ ਤੱਕ ਧਿਆਨ ਜਾਏ ਆਤਮਿਕ ਰੂਪ ਤੱਕ ਸਾਡਾ ਧਿਆਨ ਜਾਵੇ ਮਹਾਰਾਜ ਅਸੀਂ ਉਸ ਸਰੂਪ ਨੂੰ ਸਹੀ ਮੰਨੀਏ ਕਿਵੇਂ ਹੋਏਗਾ ਉਦਾਹਰਣ ਦੇ ਤੌਰ ਤੇ ਤੁਸੀਂ ਕਥਾ ਚਲੋ ਇੱਕ ਵਾਰੀ ਗੁਰਪ੍ਰਤਾਪ ਸੂਤ ਗ੍ਰੰਥ ਦੀ ਸਾਰੀ ਸੁਣੀ ਹੈ ਬਾਬਾ RAM ਰਾਜ ਜੀ ਸਰੀਰ ਇੱਥੇ ਰੱਖ ਗਏ ਸੀ ਤੇ ਆਤਮਾ ਉਹਨਾਂ ਦੀ ਕਿਤੇ ਹੋਰ ਚਲੇਗੀ ਸੀ ਕਥਾ ਸੁਣੀ ਤੁਸੀਂ ਉਹ ਬਾਬਾ ਜੀ ਦੀ ਆਤਮਾ ਕਿ ਹਿਸੇ ਉਹ ਕੋ ਚਲੇਗੀ ਜੀ ਹਾਂਜੀ ਸਰੀਰ ਉੱਥੇ ਪਿਆ ਰਹਿ ਗਿਆ ਜੀ ਤੇ ਇਹ ਕਿਵੇਂ ਇਹ ਗੱਲ ਛੋਟੀ ਨਹੀਂ ਹੈ RAM RAJ ਜੀ ਦੀ ਨਿੰਦਾ ਬੰਦਾ ਕਰ ਲਿੰਦਾ ਪਰ ਇੱਥੋਂ ਤੱਕ ਪਹੁੰਚਣਾ ਵੀ ਔਖਾ ਹੈ ਇੱਥੋਂ ਤੱਕ ਵੀ ਨਹੀਂ ਪਹੁੰਚਿਆ ਜਾਂਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਅੰਤੀ ਕਰਦੇ ਮਹਾਰਾਜ ਅਸੀਂ ਫਿਰ ਇਸ ਰੂਪ ਤੱਕ ਪਹੁੰਚਾਂਗੇ ਕਿਵੇਂ ਹਾਂ ਤਦ ਸਾਹਿਬ ਨੇ ਕਹਿਓ ਸੁਣਾਈ ਅਗੋਂ ਫਿਰ ਸ੍ਰੀ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਆ ਉਹਨਾਂ ਤੇ ਦਇਆ ਕਰਦੇ ਆ ਉਹਨਾਂ ਨੂੰ ਬਚਨ ਸੁਣਾਉਂਦੇ ਆ ਸਤ ਸੰਗਤ ਕੀਜੈ ਚਿਤ ਲਾਈ ਜਦ ਕੇ ਆਖੋ ਬਾਣੀ ਮਹਾਰਾਜ ਕਹਿੰਦੇ ਪਿਆਰਿਓ ਸਤ ਸੰਗ ਚਿਤ ਲਾ ਕੇ ਕਰਿਆ ਤੋ ਚਿਤ ਲਾ ਕੇ ਸਤ ਸੰਗ ਕਰਿਆ ਕਰੋ ਮਹਾਰਾਜ ਹੁਣ ਸਾਨੂੰ ਤੇ ਹੋਈ ਸਮਝ ਨਹੀਂ ਹੈ ਸਤ ਸੰਗ ਕਰਨਾ ਕੀ ਹੈ ਇੱਥੇ ਆ ਕੇ ਬੈਠਣਾ ਹੀ ਸਤ ਸੰਗ ਕਰਨਾ ਨਹੀਂ ਮਹਾਰਾਜ ਦੱਸਦੇ ਹੈ ਸਤ ਸੰਗ ਕਰਨਾ ਕੀ ਹੈ ਹਾਂਜੀ ਕਥਾ ਨੇਮ ਤੇ ਸੁਣੀਐ ਕਾਨ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਨੇਮ ਦੇ ਨਾਲ ਕਥਾ ਆਪਣੇ ਕੰਨਾਂ ਨਾਲ ਸੁਣਿਆ ਕਰੋ ਨੇਮ ਦੇ ਨਾਲ ਜਦੋਂ ਬੰਦਾ ਸੁਣਦਾ ਹੈ ਹੌਲੀ-ਹੌਲੀ ਗਿਆਨ ਹੁੰਦਾ ਹੈ ਹੌਲੀ-ਹੌਲੀ ਗਿਆਨ ਹੁੰਦਾ ਹੈ ਇੱਕੋ ਦਿਨ 'ਚ ਤੇ ਬ੍ਰਹਮ ਗਿਆਨੀ ਗੁਰੂ ਦੀ ਮਿਹਰ ਹੀ ਬਣਾ ਸਕਦੀ ਬੰਦਾ ਨਹੀਂ ਬਣ ਸਕਦਾ ਬੰਦਾ ਕਹਿੰਦਾ ਮੈਂ ਇੱਕੋ ਦਿਨ 'ਚ ਬ੍ਰਹਮ ਗਿਆਨੀ ਬਣ ਜਾਂਦਾ ਮਾੜਾ ਕਹਿੰਦੇ ਨਹੀਂ 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 ਕਥਾ ਨੇਮ ਤੇ ਸੁਣੀਐ ਕਾਨ ਨੇਮ ਨਾਲ ਕਥਾ ਸੁਣਨੀ ਰੋਜ਼ ਕਥਾ ਸੁਣਿਆ ਕਰੋ ਚਿੱਤ ਲਾ ਕੇ ਗੁਰ ਸਿੱਖਨ ਸੇਵੋ ਹਿਤ ਠਾਨ ਕਥਾ ਸੁਣ ਕੇ ਗਿਆਨ ਹਾਸਲ ਕਰਕੇ ਹੰਕਾਰ ਨਹੀਂ ਕਰਨਾ ਨੀਵੇਂ ਹੋ ਕੇ ਗੁਰੂ ਦੇ ਸਿੱਖਾਂ ਦੀ ਸੇਵਾ ਕਰਨੀ ਹੈ ਇਹ ਕੰਮ ਕਰਿਆ ਕਰੋ ਇਹਨੂੰ ਕਹਿੰਦੇ ਸਤ ਸੰਗ ਕਰਨਾ ਕਥਾ ਸੁਣਦਾ ਨੇਮ ਨਾਲ ਸੇਵਾ ਨਹੀਂ ਕਰਦਾ ਸਤ ਸੰਗ ਨਹੀਂ ਕੀਤਾ ਜੀ ਅਧੂਰਾ ਕੀਤਾ ਹੈ ਪੂਰਾ ਕਿਵੇਂ ਕੀਤਾ ਜਦੋਂ ਜੋ ਸੁਣਿਆ ਉਹਨੂੰ ਕਰਨ ਲੱਗ ਪਏ ਸਮਝੋ ਸਤ ਸੰਗ ਕਰਨ ਲੱਗ ਪਏ ਜੀ ਤੇ ਇੱਕ ਗੁਰਮੁਖ ਪਿਆਰੇ ਸਤ ਸੰਗ ਦਾ ਹੋਰ ਅਰਥ ਕਰਦੇ ਸੀ ਜੋ ਗੁਰੂ ਰਾਮਦਾਸ ਜੀ ਕਹਿ ਰਹੇ ਨਾ ਸੱਚ ਦੇ ਜਿੰਨਾ ਨੇੜੇ ਹੋਈ ਜਾਓ ਝੂਠ ਤੋਂ ਜਿੰਨਾ ਦੂਰ ਹੋਈ ਜਾਓ ਉਹਨੂੰ ਸਤ ਸੰਗ ਕਰਨਾ ਕਹਿੰਦੇ ਜੀ ਸਤ ਸੰਗ ਵੀ ਕਰਨਾ ਤੇ ਰੱਜ ਕੇ ਝੂਠ ਵੀ ਬੋਲਣਾ ਉਹ ਸਤ ਸੰਗ ਥੋੜੀ ਹੈਗਾ ਜੀ ਹਾਂਜੀ ਸਤ ਸੰਗ ਵੀ ਕਰੀ ਰਹਿਣਾ ਤੇ ਝੂਠ ਦਾ ਵੀ ਗੇੜੇ ਤੇ ਗੇੜਾ ਹੀ ਰੱਖਣਾ ਜੀ ਉਹ ਸਤ ਸੰਗ ਨਹੀਂ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਥਾ ਨੇਮ ਤੇ ਸੁਨਿਐ ਕਾਨ ਗੁਰ ਸਿੱਖਨ ਸੇਵੋ ਹਿਤਖਾਨ ਹਾਂਜੀ ਕਰੋ ਵਿਚਾਰਨ ਸਤ ਗੁਰ ਬਾਣੀ ਸਤ ਸੰਗ ਵਿੱਚ ਬਹਿ ਕੇ ਕੀ ਕਰਨਾ ਹੈ ਸਤ ਸੰਗ ਵਿੱਚ ਬੈਠ ਕੇ ਗੁਰੂ ਰਾਮਦਾਸ ਜੀ ਕਹਿੰਦੇ ਗੁਰੂ ਦੀ ਬਾਣੀ ਦੀ ਵਿਚਾਰ ਕਰਨੀ ਹੈ। ਗੱਜ ਕੇ ਆਖੋ ਵਾਹਿਗੁਰੂ। ਵੀ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿ ਰਹੇ ਐ? ਗੁਰੂ ਦੀ ਬਾਣੀ ਦੀ ਵਿਚਾਰ ਕਰਨੀ ਹੈ। ਬਾਣੀ ਕੀ ਹੈ? ਬਾਣੀ ਮਹਾਰਾਜ ਜੀ ਦਾ ਰੂਪ ਹੈ। ਤੇ ਬਾਣੀ ਕੀ ਕਹਿ ਰਹੀ ਐ? ਬਾਣੀ ਕਹਿ ਰਹੀ ਐ ਮਨ ਮੇਰੇ ਕਰਤੇ ਨੋ ਸਲਾਹੇ ਗੱਜ ਕੇ ਅਕੋ ਵਾਹੇ ਗੁਰ ਮਨ ਮੇਰੇ ਕਰਤੇ ਨੋ ਸਲਾਹੇ ਏ ਮੇਰੇ ਮਨਾ ਕਰਤੇ ਨੂੰ ਸਲਾਹਿਆ ਕਰ ਉਹਦਾ ਨਾਮ ਜਪਿਆ ਕਰ ਬਾਣੀ ਕੀ ਕਹਿ ਰਹੀ ਐ ਬਾਣੀ ਕਹਿ ਰਹੀ ਮਨ ਹਰ ਕੀਰਤ ਕਰ ਸਦ ਹੂੰ ਸਦਾਈ ਵਾਹਿਗੁਰੂ ਦੀ ਕੀਰਤੀ ਕਰਿਆ ਕਰ ਗੱਜ ਕੇ ਆਖੋ ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਕਹਿੰਦੇ ਅਰਥਾਂ ਦੀ ਵਿਚਾਰ ਕਰਨੀ ਹੈ ਹਾਂਜੀ ਅਰਥ ਲਖੋ ਕਰ ਪ੍ਰੀਤ ਮਹਾਨੀ ਇਹ ਕੰਮ ਬੜੇ ਪਿਆਰ ਨਾਲ ਕਰਨਾ ਹੈ ਕਿਹੜਾ ਕੰਮ ਜੀ ਅਰਥ ਵਿਚਾਰਨ ਦਾ ਸਤ ਸੰਗ ਕਰਨ ਦਾ ਕਥਾ ਸੁਣਨ ਦਾ ਇਹ ਕੰਮ ਬੜੇ ਪਿਆਰ ਨਾਲ ਕਰਨਾ ਤੁਸੀਂ ਪਿਆਰ ਨਾਲ ਆਉਣਾ ਸ਼ੁਰੂ ਹੋ ਜਾਓ ਤਾ ਵੀ ਸਾਥ ਸੰਗਤ ਦੀ ਕਿਰਪਾ ਹੋ ਜਾਂਦੀ ਹੈ। ਹਾ। ਤਿਸਕੇ ਸਾਥ ਰਿਦਾ ਨਿਜ ਤੋਲੋ। ਜਦੋਂ ਪਿਆਰ ਨਾਲ ਅਰਥ ਕਰੋਗੇ ਤੇ ਫਿਰ ਮਹਾਰਜ ਕਹਿੰਦੇ ਆਪਣੇ ਹਿਰਦੇ ਨੂੰ ਤੋਲਣਾ ਵੀ ਜੋ ਮਹਾਰਜ ਕਹਿ ਰਹੇ ਹੋ ਮੇਰੇ 'ਚ ਹੈ ਜਾਂ ਨਹੀਂ ਹੈਗਾ ਜੀ। ਕੱਚ ਕੇ ਆਖਾਂ। ਵਾਹਿਗੁਰੂ। ਲਓ ਇਹ ਕੰਮ ਕਿੰਨਾ ਵਧੀਆ ਹੈਗਾ ਜੀ। ਕਹਿਣੇ ਨਹੀਂ ਕਰਨਾ ਜੀ। ਆ ਕੇ ਬਹਿਣਾ। ਕਥਾ ਕੀਤਨ ਸੁਣਨਾ ਇਹ ਸੋਚਣਾ ਵੀ ਜੋ ਮਹਾਰਾਜ ਕਹਿ ਰਹੇ ਹੋ ਮੈਂ ਹੈ ਕਿ ਨਹੀਂ ਹੈਗਾ ਜੀ ਤੇ ਸਤ ਸੰਗ ਵਿੱਚ ਵੀ ਛਾਲੀ ਕਰਨ ਆਉਣਾ ਕਪਟੀ ਕਰਨ ਆਉਣਾ ਫਿਰ ਉਹ ਸਤ ਸੰਗ ਸਤ ਸੰਗ ਥੋੜੀ ਹੈਗਾ ਜੀ ਮਾਰਾ ਕਹਿੰਦੇ ਹਿਰਦਾ ਤੋਲਣਾ ਹੈ ਹਾਂਜੀ ਦੁੱਖ ਸੁੱਖ ਵਿਖੇ ਨ ਕਬ ਹੂਣ ਡੋਲੋ ਹਾਂ ਦੁੱਖ ਆਵੇ ਸੁੱਖ ਆਵੇ ਡੋਲਣਾ ਨਹੀਂ ਹੈ ਡੋਲਣਾ ਇਸੇ ਕਰਕੇ ਗੁਰਮੁਖ ਪਿਆਰੇ ਅਰਦਾਸ ਕਰਦੇ ਰਹਿੰਦੇ ਕਿਉਂ ਅਸੀਂ ਡੋਲ ਜਾਂਦੇ ਆ ਨਾ ਤੇ ਗੁਰਮੁਖ ਅਰਦਾਸ ਕਰਦੇ ਰਹਿੰਦੇ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਉਹ ਮਹਾਰਾਜ ਅੱਗੇ ਅਰਦਾਸਾਂ ਤਰਲੇ ਲੈਂਦੇ ਰਹਿੰਦੇ ਆ ਹਾਂ ਜੀ ਤੁਮਰੀ ਪ੍ਰੀਤ ਜਾਨ ਬਚ ਕਹੇ ਇਮਝ ਕਹ ਰੂਪ ਨਿਜ ਲਹੇ ਮਹਾਰਾਜ ਕਹਿਣ ਲੱਗੇ ਤੁਹਾਡਾ ਪਿਆਰ ਵੇਖ ਕੇ ਤੁਹਾਨੂੰ ਦੱਸਿਆ ਇਸ ਤਰ੍ਹਾਂ ਕਰਦੇ ਕਰਦੇ ਤੁਸੀਂ ਆਤਮਾ ਤੱਕ ਪਹੁੰਚ ਜਾਓਗੇ ਹਾਂਜੀ ਪਰ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਮਹਾਰਤ ਕਹਿੰਦੇ ਆ ਸਤ ਸੰਗਤ ਕੀ ਜਹ ਚਿਤ ਲਾਈ ਪਹਿਲਾਂ ਚਿਤ ਲਾ ਕੇ ਸਤ ਸੰਗ ਕਰਨਾ ਪੈਣਾ ਫਿਰ ਕਥਾ ਸੁਣਨੀ ਹੈ ਨੇਮ ਨਾਲ ਸੇਵਾ ਕਰਨੀ ਹੈ ਅਰਥਾਂ ਦੀ ਵਿਚਾਰ ਕਰਨੀ ਹੈ ਇਹ ਸਾਰਾ ਕੰਮ ਕਰਦਿਆਂ ਹਿਰਦੇ 'ਚ ਪਿਆਰ ਰੱਖਣਾ ਇੱਕ ਵਾਰੀ ਵੀ ਮੁੱਖੋਂ ਵਾਹਿਗੁਰੂ ਕਹਿਣਾ ਤੇ ਪ੍ਰੇਮ ਨਾਲ ਕਹਿਣਾ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਵੇਖਿਓ ਤੁਹਾਨੂੰ ਆਤਮ ਰੂਪ ਦੀ ਪ੍ਰਾਪਤੀ ਹੋਏਗੀ ਹਾਂ ਜਿਮ ਸਤਿਗੁਰ ਕੋ ਸੁਣ ਉਪਦੇਸ਼ ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦਾ ਉਪਦੇਸ਼ ਜਦੋਂ ਦੋਵਾਂ ਸਿੱਖਾਂ ਨੇ ਸੁਣਿਆ ਕੀ ਨਾਮ ਸੀ ਦੋਵਾਂ ਸਿੱਖਾਂ ਦਾ ਬਿਦੇਤਾਂ ਤੇ ਜੰਦ ਜੀ ਤੇ ਮਹਾਨੰਦ ਜੀ ਗੱਜ ਕੇ ਆਖੋ ਇਹਨਾਂ ਦੋਵਾਂ ਸਿੱਖਾਂ ਨੇ ਮਹਾਰਾਜ ਜੀ ਦਾ ਜਦੋਂ ਉਪਦੇਸ਼ ਸੁਣਿਆ ਕਰਨ ਲਗੇ ਤਿਮਕਾਰ ਹਮੇਸ਼ ਲਓ ਜੇ ਫਿਰ ਉਹ ਕਰਨ ਲੱਗ ਪਏ ਜੀ ਸਤ ਸੰਗਤ ਚਿੱਤ ਲਾ ਕੇ ਕਰਨ ਲੱਗ ਪਏ ਜੀ ਗੁਰੂ ਦੇ ਬਾਣੀ ਦੇ ਵਿਚਾਰ ਕਰਨ ਲੱਗ ਪਏ ਜੀ ਗੁਰੂ ਜੀ ਦੀ ਬਾਣੀ ਨਾਲ ਉਹਨਾਂ ਦਾ ਪਿਆਰ ਪੈ ਗਿਆ ਸਤ ਸੰਗਤ ਸਿੱਟਾ ਲਾ ਕੇ ਕਰਨ ਲੱਗ ਪਏ ਹੰ ਸਮਾ ਪਾਏ ਹੋਇਓ ਨਿਜ ਗਿਆਨ ਸਮਾ ਪਾ ਕੇ ਹੌਲੀ 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 ਉਹਨਾਂ ਨੂੰ ਬ੍ਰਹਮ ਗਿਆਨ ਹੋ ਗਿਆ ਜੀ ਹੌਲੀ ਹੌਲੀ ਹੋਇਆ ਜੀ ਮੈਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਅਸੀਂ ਕਿ ਇਹਨੇ ਇੱਕੋ ਦਿਨ ਸੀ ਬ੍ਰਹਮ ਗਿਆਨੀ ਬਣ ਜਗੇ ਨਹੀਂ ਸਨੇ ਸਨੇ ਹੌਲੀ ਹੌਲੀ ਸਮਾ ਪਾਉਣ ਨਾਲ ਕਿਰਪਾ ਹੋ ਜਾਂਦੀ ਹੈ ਲੱਗਾ ਰਵੇ ਬਸ ਬੰਦਾ ਛੱਡੇ ਨਾ ਇਸ ਜੀਵ ਰ ਸਾਹ ਸੰਗਤ ਦੀ ਕਈ ਵਾਰੀ ਮਨ ਕਾਲਾ ਪੈ ਜਾਂਦਾ ਹੈ ਕਈ ਵਾਰੀ ਮਨ ਪਿਆਰ ਤੇ ਆ ਜਾਂਦਾ ਹੈ ਪਰ ਬੰਦਾ ਲੱਗਾ ਰਹੇ ਕਾਲਾ ਪੈ ਗਿਆ ਤਾਂ ਵੀ ਲੱਗਾ ਹੀ ਰਹੇ ਜੀ ਹਾਂ ਕੀਨੇ ਕਰਮ ਬੰਧ ਗਨ ਹਾਨ ਕਰਮਾਂ ਦੇ ਸਾਰੇ ਬੰਧਨ ਟੁੱਟ ਗਏ ਜਿਨਾਸ਼ ਹੋ ਗਏ ਉਹਨਾਂ ਦੇ ਜੀ ਹਾਂ ਗੁਰ ਸਿੱਖਨ ਕੀ ਪਦਵੀ ਪਾਈ ਵਾ 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 ਵਾਹ ਗੁਰੂ ਅਦਿਕਿਆ ਕੋ ਵਾਹੀ ਗੁਰ ਫੇਰ ਜਾ ਕੇ ਗੁਰਸਿੱਖਾਂ ਦੀ ਪਦਵੀ ਮਿਲੀ ਈ ਉਹਨਾਂ ਨੂੰ ਦੀ ਐਂ ਆਵੇ ਤੱਕੇ ਨਾਲ ਗੁਰਸਿੱਖ ਅਖਵਾਈ ਦੰਨੇ ਨੇ ਫੇਰ ਜਾ ਕੇ ਗੁਰਸਿੱਖ ਦੀ ਪਦਵੀ ਮਿਲੀ ਸਤ ਸੰਗਤ ਕੀਤੀ ਮਹਾਰਾਜ ਦੀ ਬਾਣੀ ਦੀ ਵਿਚਾਰ ਕੀਤੀ ਕਥਾ ਸੁਣੀ ਸਿੱਖਾਂ ਦੀ ਸੇਵਾ ਕੀਤੀ ਆਤਮ ਗਿਆਨ ਹੋਇਆ ਤੇ ਗੁਰਸਿੱਖੀ ਦੀ ਪਦਵੀ ਨੂੰ ਪ੍ਰਾਪਤ ਹੋਏ ਜੀ ਉਹ ਗੁਰਸਿੱਖੀ ਦੀ ਪਦਵੀ ਬੜੀ ਵੱਡੀ ਹੈ ਸਾ ਸੰਗਤ ਦੀ ਅੰਤਕਾਲ ਗੁਰਲੀਨ ਮਿਲਾਈ ਅੰਤਕਾਲ ਜਦੋਂ ਉਹਨਾਂ ਦਾ ਹੋਇਆ ਮਹਾਰਾਜ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਆਪਣੇ ਵਿੱਚ ਹੀ ਮਿਲਾ ਲਿਆ ਜੀ ਉਹਨਾਂ ਤੇ ਕਿਰਪਾ ਕਰਤੀ ਉਹਨਾਂ ਤੇ ਮਿਹਰ ਕਰ ਦਿੱਤੀ ਭਾਈ ਵਿਦੀ ਚੰਦ ਭਾਈ ਮਹਾਨੰਦ ਦੋਵਾਂ ਦਾ ਉਧਾਰ ਹੋਇਆ ਮੈਂ ਪਹਿਲਾਂ ਬੇਨਤੀ ਕੀਤੀ ਵਿਦੀ ਚੰਦ ਦੋ ਹੋਏ ਇੱਕ ਗੁਰੂ ਰਾਮਦਾਸ ਜੀ ਦੇ ਸਿੱਖ ਹੋਏ ਇੱਕ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਚ ਮਾਰ ਦੇ ਦਰਬਾਰ ਚ ਆਏ ਸਾਰੇ ਜੀ ਜਪਿਆ ਨਾਮ ਬਾਣੀ ਦੀ ਉਹ ਵਿਚਾਰ ਕਰਨ ਲੱਗ ਪਏ ਜੀ ਤੇ ਕਿਸੇ ਇੱਕ ਪੰਕਤੀ ਦੇ ਵਿਚਾਰ ਕਰ ਲੋ ਬਾਣੀ ਨੇ ਤੁਹਾਡੇ ਮਨ ਨੂੰ ਸੁੱਖ ਦੇਣਾ ਜੀ ਗੱਜ ਕੇ ਆਖੋ ਵਾਹਿਗੁਰੂ ਮਾਰ ਕਹਿੰਦੇ ਮਨ ਹਰ ਕੀਰਤ ਕਰ ਸਦ ਹੂੰ ਏ ਮਨਾ ਵਾਹਿਗੁਰੂ ਦੀ ਕੀਰਤੀ ਸਦਾ ਹੀ ਕਰਿਆ ਕਰ ਸਦਾ ਹੀ ਕਰਿਆ ਕਰ ਥੋੜੇ ਸਮੇਂ ਵਾਸਤੇ ਨਹੀਂ ਮਹਾਰਾਜ ਨੇ ਕਿਹਾ ਮਾਰਾ ਨੇ ਸਦਾ ਕੀਰਤੀ ਕਰਨ ਲਈ ਕਿਹਾ ਜੀ ਗਾਵਤ ਸੁਨਤ ਮਾਰਾ ਕਹਿੰਦੇ ਗਾਉਣ ਵਾਲਾ ਸੁਣਨ ਵਾਲਾ ਸਾਰੇ ਤਰ ਜਾਣਗੇ ਬਰਨ ਅਬਰਨਾ ਸਭ ਹੋਣ ਕਿਸੇ ਦੀ ਜਾਤ ਨੀਵੀਂ ਹੋਵੇ ਕਿਸੇ ਦੀ ਜਾਤ ਉੱਚੀ ਹੋਵੇ ਸਾਰੇ ਤਰਣਗੇ ਪਰਮੇਸ਼ਰ ਦੀ ਕੀਰਤੀ ਨਾਲ ਇਸ ਤਰੀਕੇ ਨਾਲ ਬਾਣੀ ਦੀ ਵਿਚਾਰ ਕਰਦੇ ਰਹਿਣਾ ਕੀਰਤਨ ਹੋ ਰਿਹਾ ਬਾਣੀ ਦੀ ਵਿਚਾਰ ਕਰਦੇ ਰਹਿਣਾ ਹਾਂਜੀ ਹੁਤੋ ਖੋਸਲਾ ਧਰਮੰਦਾਸ ਇੱਕ ਸਿੱਖ ਹੈ ਇਹਨਾਂ ਦੋਵਾਂ ਦਾ ਤੇ ਕਲਿਆਣ ਹੋ ਗਿਆ ਨਾ ਜੀ ਇੱਕ ਸਿੱਖ ਹੈ ਜਿਹਦਾ ਨਾਮ ਹੈ ਧਰਮੰਦਾਸ ਨਾਮ ਬੜਾ ਵਧੀਆ ਜੀ ਉਹਦਾ ਕੀ ਨਾਮ ਹਾਂ ਇੱਕ ਤਕਿਆਰਾ ਡੂਗਰਦਾਸ ਤੇ ਇੱਕ ਡੂਗਰਦਾਸ ਤਕਿਆਰਾ ਡੂਗਰਦਾਸ ਨਾਮ ਐ ਸਿੱਖਦਾ ਹਾਂਜੀ ਦੀਪਾ ਅਰ ਜੇਠਾ ਸੰਸਾਰੂ ਇੱਕ ਭਾਈ ਦੀਪਾ ਜੀ ਭਾਈ ਜੇਠਾ ਜੀ ਤੇ ਸੰਸਾਰੂ ਦੀ ਕਿੰਨੇ ਨਾਮ ਸੁਣੇ ਤੁਸੀਂ ਪੰਜ ਹਾਂਜੀ ਬੂਲਾ ਅਪਰ ਤੀਰਥਾਚਾਰੂ ਫਿਰ ਭਾਈ ਬੂਲਾ ਜੀ 6ਵੇਂ ਹੋ ਗਏ ਤੇ ਬੜੇ ਸਿਆਣੇ ਸ੍ਰੇਸ਼ਟ ਭਾਈ ਤੀਰਥਾ ਜੀ ਸੱਤ ਜਣੇ ਹੋ ਗਏ ਦੀਏ ਜੀ ਅੱਜ ਕਿ ਆਖੋ ਵਾਹਿਗੁਰੂ ਹਾਂਜੀ ਮਿਲ ਕਰ ਸਪਤ ਸਿੱਖ ਇਹ ਆਏ ਸ੍ਰੀ ਗੁਰੂ ਰਾਮਦਾਸ ਜਿਸ ਥਾਏ ਜਿਸ ਜਗਾ ਮਾਲਕ ਗੁਰਦੇਵ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਹਿਬ ਸੱਚੇ ਪਾਤਸ਼ਾਹ ਬੈਠੇ ਐ ਸੱਜੇ ਐ ਸੱਤੇ ਗੁਰੂ ਕੇ ਸਿੱਖ ਮਹਾਰਾਜ ਦੀ ਹਾਜ਼ਰੀ ਵਿੱਚ ਆਏ ਜੀ ਸੱਤੇ ਗੁਰੂ ਕੇ ਸਿੱਖ ਆਏ ਜੀ ਹਾਂ ਜੀ ਨਮੋ ਕਰੀ ਬਹੁ ਬਿਨੈ ਪ੍ਰਕਾਸ਼ ਹੱਥ ਜੋਰ ਕਰ ਬੈਠੇ ਪਾਸ ਜਿੰਨਿਆਂ ਦੀ ਤੁਸੀਂ ਕਥਾ ਸੁਣ ਰਹੇ ਹੋ ਨਾ ਕਥਾ ਸੁਣ ਕੇ ਗੱਲਾਂ ਨੋਟ ਕਰਿਆ ਕਰੋ ਸਾਰਿਆਂ ਨੇ ਇੱਕ ਕੰਮ ਕੀਤਾ ਜੀ ਆਉਂਦਿਆਂ ਮੱਥਾ ਟੇਕਿਆ ਜੀ ਗੱਜ ਕੇ ਆਖੋ ਵਾਹਿਗੁਰੂ ਨਮੋ ਕਰੀ ਬਹੁ ਬਿਨੈ ਪਰ ਫਿਰ ਬੇਮਤੀ ਕਰਦੇ ਬੇਮਤੀ ਐਵੇਂ ਨਹੀਂ ਕਰਦੇ ਹੱਥ ਜੋੜ ਕਰ ਬੈਠੇ ਪਾਸ ਹੱਥ ਜੋੜ ਕੇ ਗੱਲ ਕਰਦੇ ਆ ਆਪ ਤੋਂ ਵੱਡੇ ਨਾਲ ਜਦੋਂ ਗੱਲ ਕਰਨੀ ਹੱਥ ਜੋੜ ਕੇ ਕਰਨੀ ਨਿਮਰਤਾ ਦੇ ਨਾਲ ਕਰਨੀ ਹਾਂਜੀ ਸ਼ਰਨ ਪਰੇ ਰਾਵਰ ਦਰਬਾਰ ਕਰੋ ਉਧਾਰਨ ਕਿਸੈ ਪ੍ਰਕਾਰ ਮਹਾਰਾਜ ਸਾਨੂੰ ਕਿਸੇ ਤਰੀਕੇ ਨਾਲ ਵੀ ਮਹਾਰਾਜ ਸਾਡਾ ਉਧਾਰ ਕਰ ਦਿਓ ਬੜੇ ਫਸੇ ਹੋਏ ਆ ਮਹਾਰਾਜ ਬੜੇ ਹੀ ਫਸੇ ਪਏ ਆ ਹਾਂਜੀ RAMDAS SATGURU UCHARA ਤੇ ਧੰਨ ਗੁਰੂ RAMDAS ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਅੱਗੋਂ ਇੰਜ ਕਹਿੰਦੇ ਜੀ ਪ੍ਰਥਮ ਤਜੋ ਮਨ ਕੋ ਹੰਕਾਰਾ ਮਹਾਰਾਜ ਨੂੰ ਪਤਾ ਹੀ ਹੈ ਜੀ ਮਹਾਰਾਜ ਕਹਿੰਦੇ ਪਹਿਲਾਂ ਤੇ ਹਉ ਮੇਠੜ ਨਹੀਂ ਪਹਿਣੀ ਹੈ ਗੱਦ ਕੇ ਅੱਖ ਬਹ ਹਉਮੈ ਛੱਡ ਦੇ ਨੀ ਜੀ ਕਰਨ ਜੋ ਮਰਜੀ ਗੱਲ ਨਹੀਂ ਬਣਨੀ ਜੀ ਹਾਂਜੀ ਹਉਮੈ ਛੱਡਣੀ ਪੈਣੀ ਹੈ ਮਾਰਾ ਕਹਿੰਦੇ ਸਭ ਤੋਂ ਪਹਿਲਾਂ ਹਉਮੈ ਛੱਡੋ ਹਾਂਜੀ ਗਹੋ ਨਮਰਤਾ ਤਿਆਗੋ ਮਤਸਰ ਨਿਮਰਤਾ ਨੂੰ ਫੜ ਲਓ ਹੰਕਾਰ ਨੂੰ ਛੱਡ ਦੋ ਨਿਮਰਤਾ ਨੂੰ ਫੜ ਦੋ ਤੇ ਦੂਜਿਆਂ ਦੇ ਨਾਲ ਈਰਖਾ ਕਰਨੀ ਛੱਡ ਦਿਓ ਰੱਜ ਕੇ ਆਖੋ ਵਾਹਿਗੁਰੂ ਬਸ ਈਰਖਾ ਹੀ ਨਹੀਂ ਬੰਦੇ ਨੂੰ ਟਿਕਣ ਦਿੰਦੀ ਜੀ ਇਹ ਅੱਗੇ ਕਿਉਂ ਵੱਧ ਗਿਆ ਕਹਿੰਦੇ ਹੈ ਇਹ ਅੱਗੇ ਕਿਉਂ ਵੱਧ ਗਿਆ ਉਹ ਈਰਖਾ ਜੀ ਹੈ ਅੱਗੇ ਤੇ ਅਹੀਂ ਹੋਣੇ ਚਾਹੀਦੇ ਸੀਗੇ ਇਹ ਕਿਉਂ ਗਿਆ ਜੀ ਉਹ ਈਰਖਾ ਸ਼ੁਰੂ ਹੋ ਗਈ ਜੀ ਤੇ ਈਰਖਾ ਵਾਲਾ ਬੰਦਾ ਆਪ ਤੇ ਸੜਦਾ ਹੀ ਹੈ ਉਹ ਦੂਜੇ ਨੂੰ ਵੀ ਸਾੜੀ ਜਾਂਦਾ ਜੀ ਹਾਂ ਜੀ ਜਿਹੜੇ ਤਿੱਲੀ ਹੈ ਨਾ ਉਹ ਦੂਜੇ ਨੂੰ ਸਾੜਨ ਤੋਂ ਪਹਿਨਾ ਆਪ ਸੜਦੀ ਹੈ ਜੀ ਮਾਤ ਸੜੀ ਜਿੰਨਾ ਚਿਰ ਆਪ ਨਾ ਸੜੇ ਦੂਜੇ ਨੂੰ ਨਹੀਂ ਸਾੜ ਸਕਦੀ ਗੁਰੂ ਰਾਮਦਾਸ ਸਾਹਿਬ ਬਾਣੀ ਵਿੱਚ ਵੀ ਕਹਿੰਦੇ ਜੀ ਮਹਾਰਾਜ ਕਹਿੰਦੇ ਜਿਸ ਅੰਦਰ 타ਤ ਪਰਾਇ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਜਿਹੜਾ ਈਰਖਾ ਹੀ ਕਰੀ ਜਾਂਦਾ ਜੀ ਉਹਦਾ ਕਦੀ ਭਲਾ ਨਹੀਂ ਹੋ ਸਕਦਾ ਜੀ ਹੁਣ ਆਖੇ ਵੀ ਮੈਂ ਨਾਮ ਤੇ ਬੜਾ ਜਪਣਾ ਤੇ ਮਹਿਰਖਾਨੀ ਛੱਡਣੀ ਗੱਜ ਕੇ ਆਖੋ ਤੇ ਫੇਕੀ ਮੇਂ ਗੱਲ ਬਣੇਗੀ ਹਾਂ ਕਰ ਹੋ ਨਾ ਨਿੰਦਾ ਅਵਗੁਣ ਪਰ ਹਰ ਔਗੁਣ ਛੱਡ ਦਿਓ ਮਹਾਰਾਜ ਕਹਿੰ ਲਗੇ ਨਾ ਨਿੰਦਿਆ ਕਰੋ ਛੱਡ ਦਿਓ ਔਗੁਣ ਉਹਨਾਂ ਦੇ ਪਰ ਬੰਦਾ ਜਿੰਨਾ ਚਿਰ 50 ਜਣਿਆਂ ਨੂੰ ਦੱਸ ਨਾ ਲਵੇ ਜੀ ਉਹਨਾਂ ਚਿੱਤਕ ਰੋਟੀ ਨਹੀਂ ਅਜਮੰਦੀ ਜੀ ਜਿੰਨਾ ਚਿੱਤਕ 50 ਬੰਦਿਆਂ ਨੂੰ ਦੱਸ ਨਹੀਂ ਲੈਂਦਾ ਜੀ ਮਾਧ ਰਿਸ ਗੁਰੂ ਰਾਮਦਾਸ ਸਾਹਿਬ ਕਹਿੰਦੇ ਛੱਡ ਦਿਓ ਉਹ ਗੁਣ ਛੱਡ ਦਿਓ ਨਾ ਦੱਸੋ ਇੱਕ ਦੂਜੇ ਨੂੰ ਪਰ ਕਿੱਥੋਂ ਸੰਗਤ ਨਹੀਂ ਆਏ ਹੁੰਦਾ ਤੇ ਗੱਲਾਂ ਵੜ ਕੇ ਬੈਠੀਆਂ ਬੰਦੇ ਦੇ ਅੰਦਰ ਦੀ ਜੇ ਘਰ ਆਇਓ ਸਿੱਖ ਨੇ ਹਰੀਏ ਜੇ ਤੁਹਾਡੇ ਘਰ ਚ ਕੋਈ ਗੁਰੂ ਦਾ ਸਿੱਖ ਆ ਜਾਵੇ ਤੁਹਾਨੂੰ ਪਤਾ ਲੱਗ ਜੇ ਸਹੀਂ ਕੋਈ ਗੁਰੂ ਦਾ ਪਿਆਰਾ ਸਾਡੇ ਘਰ ਆਇਆ ਨਿਜ ਨਿਜ ਘਰ ਤੇ ਸੇਵਾ ਕਰੀਏ ਜੀ ਮਹਾਰਾਜ ਕਹਿਣ ਲੱਗੇ ਆਪਣੇ ਆਪਣੇ ਘਰ ਲੈ ਕੇ ਸੇਵਾ ਕਰਿਓ ਉਹਦੀ ਆਪਣੇ ਆਪਣੇ ਘਰ ਲੈ ਆ ਜੇ ਸੱਤ ਜਣੇ ਆ ਨਾ ਤੇ ਸੱਤਾਂ ਨੂੰ ਮਹਾਰਾਜ ਇੱਕੋ ਗੱਲ ਕਹਿ ਰਹੇ ਜੀ ਮਹਾਰਾਜ ਕਹਿੰਦੇ ਉਹਨਾਂ ਦੀ ਸੇਵਾ ਕਰਿਆ ਕਰੋ ਹਾਂਜੀ ਤੇ ਸੇਵਾ ਕਰਦੇ ਆ ਕੀ ਕਰਨਾ ਜੀ ਹਾਂਜੀ ਭੋਜਨ ਵਸਤਰ ਭਾਓ ਧਰ ਕੀਜੈ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਤੇ ਭੋਜਨ ਵੀ ਸਿਕਾਉਣਾ ਤੇ ਕੱਪੜੇ ਵੀ ਦੇਣੇ ਜੇ ਤੁਹਾਡੇ ਕੋਲ ਹੋ ਸਕੇ ਤੇ ਸੰਗਤ ਜੀ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਤੁਸੀਂ ਬੜੀ ਬੜੀ ਸੁਣਿਆ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਲੈਣ ਵਾਸਤੇ ਸਿਪਾਈ ਆਏ ਨਾ ਘਰ 'ਚ ਉਹਨਾਂ ਨੂੰ ਲੈਣ ਵਾਸਤੇ ਸਿਪਾਈ ਆਏ ਤੇ ਭਾਈ ਤਾਰੂ ਸਿੰਘ ਦੀ ਬਜ਼ੁਰਗ ਮਾਂ ਤੇ ਜਵਾਨ ਭੈਣ ਸੀ ਘਰ 'ਚ ਸਿਪਾਈਆਂ ਦੀ ਬੋਲੀ ਫਿਰ ਤੁਹਾਨੂੰ ਪਤਾ ਹੀ ਹੈ ਕਿਹੋ ਜੀ ਸੀਗੀ ਕਿੱਥੇ ਤੇਰਾ ਪੁੱਤ ਪੇਸ਼ ਕਰਨਾ ਬੜਾ ਬੁਰਾ ਬੋਲੇ ਜੀ ਭਾਈ ਤਾਰੂ ਸਿੰਘ ਘਰ ਨਹੀਂ ਸੀਗੇ ਤੇ ਭਾਈ ਤਾਰੂ ਸਿੰਘ ਦੀ ਮਾਤਾ ਪ੍ਰਸ਼ਾਦਾ ਬਣਾ ਰਹੀ ਸੀਗੀ ਜੀ ਉਹ ਤੇ ਸਿੱਖ ਨਹੀਂ ਸੀ ਨਾ ਸਿਪਾਈ ਦੀ ਤੇ ਧੰਨ ਭਾਈ ਤਾਰੂ ਸਿੰਘ ਜੀ ਤੇ ਉਹਨਾਂ ਦੀ ਮਾਤਾ ਮਾਤਾ ਕਹਿਣ ਲੱਗੀ ਤਾਰੂ ਸਿੰਘ ਆ ਜਾਏਗਾ ਪਰ ਪਈਦਾ ਪ੍ਰਸ਼ਾਦੇ ਦਾ ਸਮਾਂ ਹੋ ਗਿਆ ਸਾਡੇ ਗੁਰੂ ਦਾ ਹੁਕਮ ਹੈ ਪ੍ਰਸ਼ਾਦੇ ਦੇ ਸਮੇਂ ਕੋਈ ਘਰ ਆਵੇ ਤੇ ਓਵੇਂ ਨਹੀਂ ਜਾਣਾ ਚਾਹੀਦਾ ਪ੍ਰਸ਼ਾਦਾ ਛੱਕ ਲੋ ਪਹਿਲਾਂ ਗੱਜ ਕੇ ਆਖੋ ਵਾਹਿ ਹੈ ਗੁਰੂ ਪਹਿਲਾਂ ਪ੍ਰਸ਼ਾਦਾ ਛਕੋ ਉਹ ਸਿਪਾਈ ਬੜੇ ਆਨ ਹੋਏ ਤੇਰੇ ਪੁੱਤ ਨੂੰ ਖੜਨਾ ਤੂੰ ਪ੍ਰਸ਼ਾਦਾ ਪੁੱਛਦੀ ਹੈ ਕਹਿਣ ਲੱਗੀ ਸਾਡੇ ਗੁਰੂ ਦਾ ਹੁਕਮ ਹੀ ਇਹ ਹੈ ਅਸੀਂ ਤੁਹਾਨੂੰ ਪ੍ਰਸ਼ਾਦਾ ਪੁੱਛਣਾ ਹੀ ਪੁੱਛਣਾ ਹੈ ਮਾਰਾ ਕਹਿੰਦੇ ਤੁਹਾਡੇ ਘਰ ਕੋਈ ਆ ਦੇ ਸੱਤੇ ਦਿਨੇ ਲਿਜਾ ਕੇ ਘਰਾਂ ਚ ਸੇਵਾ ਕਰਿਆ ਕਰੋ ਉਹਨਾਂ ਦੀ ਹਾਂਜੀ ਮਨੋ ਬਾਕ ਨਾ ਫੇਰਨ ਕੀਜੈ ਹਾਂਜੀ ਜੇ ਸਿੱਖ ਕੋ ਹੋਏ ਕਾਜ ਬਡੇਰਾ ਫਿਰ ਜਿੱਦ ਨਹੀਂ ਕਰਨੀ ਦੀ ਕਈ ਬੰਦੇ ਚੰਗੇ ਤੇ ਬੜੇ ਹੁੰਦੇ ਜਿੱਦੀ ਬੜੇ ਹੁੰਦੇ ਜੀ ਆਪਣੀ ਗੱਲ ਨਹੀਂ ਉਹ ਛੱਡਦੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਜਿੱਦ ਨਹੀਂ ਕਰਨੀ ਆਪਣੀ ਗੱਲ ਛੱਡ ਲੈਣੀ ਦੂਜੇ ਦੀ ਮੰਨ ਲੈਣੀ ਹਾਂਜੀ ਇਹਨੇ ਕਹੀ ਦੂਜੇ ਨੇ ਮਾਨੀ ਦੋਨੋਂ ਬ੍ਰਹਮ ਗਿਆਨੀ ਗੱਜ ਕੇ ਆਖੋ ਇੱਕ ਕਹਦੇ ਦੂਜਾ ਸੱਤ ਬਚਨ ਕਰਦੇ ਲੜਾਈ ਝਗੜਾ ਨਹੀਂ ਉਹ ਬ੍ਰਹਮ ਗਿਆਨੀਆਂ ਵਰ ਗਈ ਹੈ ਹਾਂਜੀ ਤੇ ਮੂਰਖ ਨਾਲ ਮੂਰਖ ਮਿਲੇਆ ਤੇ ਮੂਰਖ ਨਾਲ ਮੂਰਖ ਮਿਲੇ ਤੇ ਕੀ ਹੁੰਦਾ ਭਲਾ ਕਹਿੰਦੇ ਗਿਆਨੀ ਸੇ ਗਿਆਨੀ ਮਿਲੇ ਹੋਏ ਗਿਆਨ ਕੀ ਬਾਤ ਮੂਰਖ ਸੇ ਮੂਰਖ ਮਿਲੇ ਇੱਕ ਮੁੱਕਾ ਇੱਕ लाਤ ਗਦਕੇ ਆਖੋ ਇਹ ਕੋਨੇ ਮੁੱਕਾ ਮਾਰਨਾ ਉਹਨੇ ਲੱਤ ਮਾਰਨੀ ਹੈ ਇਹ ਮੂਰਖਾਂ ਦਾ ਮਲਾਪ ਹੁੰਦਾ ਹੈ ਜੀ ਗਿਆਨੀ ਨਾਲ ਗਿਆਨੀ ਮਿਲਦਾ ਗਿਆਨ ਦੀ ਗੱਲ ਹੁੰਦੀ ਹੈ ਗਿਆਨੀ ਸੇ ਗਿਆਨੀ ਮਿਲੇ ਹੋਏ ਗਿਆਨ ਕੀ ਬਾਤ ਮੂਰਖ ਸੇ ਮੂਰਖ ਮਿਲੇ ਇੱਕ ਮੁੱਕਾ ਇੱਕ ਲਾਤ ਗੁਰੂ ਰਾਮਦਾਸ ਸਾਹਿਬ ਕਹਿੰਦੇ ਅੜਨਾ ਨਹੀਂ ਹੈ ਦੂਜੇ ਦੀ ਗੱਲ ਮੰਨ ਲੈਣੀ ਹੈ ਮਨਹੁ ਬਾਕ ਨਾ ਫੇਰਨ ਕੀਜੈ ਗੱਲ ਨਹੀਂ ਫੇਰਨੀ ਅਗਾ ਹਾਂਜੀ ਜੇ ਸਿੱਖ ਕੋ ਹੋਏ ਕਾਜ ਬਡੇਰਾ ਜੇ ਤੁਹਾਨੂੰ ਪਤਾ ਲੱਗ ਜੇ ਕਿਸੇ ਸਿੱਖ ਦਾ ਕੰਮ ਹੈ ਬੜਾ ਵੱਡਾ ਕੰਮ ਹੈ ਤੇ ਅੜਿਆ ਹੋਇਆ ਹਾਂਜੀ ਧਨ ਬਿਨ ਸਰਹੈ ਨਾ ਜੋ ਅਸਹਿਰਾ ਤੁਹਾਨੂੰ ਪਤਾ ਲੱਗ ਜੇ ਵੀ ਇਹਨੂੰ ਮਾਇਆ ਚਾਹੀਦੀ ਹੈ ਮਾਇਆ ਤੋਂ ਬਗੈ ਕੰਮ ਨਹੀਂ ਸਰਨਾ ਕਿ ਸਿੱਖ ਦੀ ਬੱਚੀ ਦਾ ਹੀ ਵਿਆਹ ਹੈ ਮਾਇਆ ਚਾਹੀਦੀ ਹੈ ਹਾਂਜੀ ਸਭ ਮਿਲ ਕਰ ਉਚਰੋ ਅਰਦਾਸ ਤੇ ਤੁਹਾਡੇ ਕੋ ਮਾਇਆ ਨਹੀਂ ਹੈਗੀ ਤੇ ਮਹਾਰਾਜ ਕਹਿੰਦੇ ਇੱਕ ਤੇ ਕੰਮ ਕਰ ਸਕਦੇ ਹੋ ਨਾ ਸਾਰੇ ਮਿਹੜ ਕੇ ਉਹਦੇ ਕਾਰਜ ਦੀ ਸਫਲਤਾ ਵਾਸਤੇ ਅਰਦਾਸ ਹੀ ਕਰਦੇ ਹੋ ਇੰਨਾ ਕੰਮ ਹੀ ਕਰਦੇ ਹੋ ਮਹਾਰਾਜ ਕਹਿੰਦੇ ਹਾਂਜੀ ਸਭ ਤੇ ਇੱਕ ਥਲ ਕਰਨਿਜ ਪਾਸ ਤੇ ਹੋ ਸਕੇ ਥੋੜੀ ਥੋੜੀ ਮਾਇਆ ਪਾ ਦਿਓ ਇਕੱਠੀ ਕਰ ਦਿਓ ਹਾਂਜੀ ਸਿੱਖ ਕੋ ਕਾਰਜ ਦੀ ਜੈ ਰਾਸ ਗੁਰੂ ਰਾਮਦਾਸ ਸਾਹਿਬ ਕਹਿੰਦੇ ਐ ਸਿੱਖ ਦਾ ਕੰਮ ਸਾਰ ਦਿਓ ਕਹਿਣ ਲੱਗੇ ਹਾਂਜੀ ਉਹਦਾ ਕੰਮ ਸਵਾਰ ਦਿਓ ਤੇ ਅੱਜ ਇਹ ਸੋਚਦੇ ਆਂ ਵੀ ਇਹਦਾ ਬਣਿਆ ਬਣਿਆ ਕੰਮ ਵਿਗਾੜਨਾ ਕਿਵੇਂ ਗੱਜ ਕੇ ਆਖੋ ਫਿਰ ਸੋਚੋ ਵੀ ਇਹ ਗੁਰੂ ਰਾਮਦਾਸ ਜੀ ਦੇ ਸਿੱਖ ਦਰਬਾਰ ਸਾਹਿਬ ਤੇ ਬੜਾ ਜਾਂਦੇ ਆ ਪਾਰੋ ਗੁਰੂ ਰਾਮਦਾਸ ਜੀ ਦੇ ਸਿੱਖ ਨਹੀਂ ਹੈਗੇ ਗੁਰੂ ਦੇ ਸਿੱਖਾਂ ਨੂੰ ਤੇ ਮਹਾਰਾਜ ਇਹ ਕਹਿ ਰਹੇ ਮਰ ਕਹਿੰਦੇ ਐ ਉਹਦਾ ਕੰਮ ਸਵਾਰ ਦਿਓ ਚਾਰ ਜਣੇ ਇਕੱਠੇ ਹੋ ਕੇ ਮਾਇਆ ਦੇ ਦਿਓ ਹਾਂ ਤਦ ਪ੍ਰਾਪਤ ਤੁਮ ਕੋ ਸੁਖ ਰਾਸ ਕਿਆ ਪਿਆਰ ਨਾਲ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਤੁਸੀਂ ਉਹਨੂੰ ਸੁਖੀ ਕਰੋਗੇ ਨਾ ਰੱਬ ਤੁਹਾਨੂੰ ਸੁਖੀ ਕਰੇਗਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਭਾਈ ਮੀਤ ਤੁਸੀਂ ਉਹਨੂੰ ਸੁਖੀ ਕਰਿਓ ਰੱਬ ਤੁਹਾਨੂੰ ਸੁਖੀ ਕਰ ਦੇਗਾ ਹਾਂ ਜਹ ਸਤ ਸੰਗਤ ਕੋ ਸਮੁਦਾਏ ਜਿੱਥੇ ਸਤ ਸੰਗਤ ਇਕੱਠੀ ਹੁੰਦੀ ਹੋਵੇ ਜਿਵੇਂ ਤੁਸੀਂ ਇਕੱਠੇ ਹੋਏ ਹੋ ਸਾਰੇ ਨਾਮ ਜਪਣ ਵਾਲੇ ਗੁਰਮੁਖ ਕਥਾ ਕੀਰਤਨ ਕਰਹਿ ਬਨਾਏ ਜਿੱਥੇ ਕਥਾ ਹੋ ਰਹੀ ਹੁੰਦੀ ਹੋਵੇ ਜਿੱਥੇ ਕੀਰਤਨ ਹੁੰਦਾ ਹੋਵੇ ਤਹਾਂ ਜਾਏ ਸੰਧਿਆ ਅਰ ਪ੍ਰਾਤੀ ਮਾਰਾ ਕਹਿੰਦੇ ਸਵੇਰੇ ਵੀ ਜਾਇਆ ਕਰੋ ਤੇ ਸ਼ਾਮ ਨੂੰ ਵੀ ਜਾਇਆ ਕਰੋ ਉਥੇ ਹਾਂਜੀ ਤਰ ਹੋ ਪ੍ਰੀਤ ਕਰ ਮਤ ਕੋ ਰਾਤੀ ਤੇ ਆਪਣੀ ਬੁੱਧੀ ਦੀ ਬੁੱਧੀ ਨੂੰ ਉਸ ਪਾਸੇ ਲਾ ਲਓ ਪਿਆਰ ਨਾਲ ਉਥੇ ਜਾਇਆ ਕਰੋ ਹਾਂਜੀ ਜਿਸਮੈਂ ਜਥਾ ਸ਼ਕਤ ਹੋਏ ਆਵਹਿ ਫਿਰ ਜਿੰਨੀ ਤੁਹਾਡੀ ਪਹੁੰਚ ਹੈ ਜਿੰਨੀ ਤੁਹਾਡੀ ਸਮਰੱਥਾ ਹੈ ਹਾਂਜੀ ਧਰਮਸ਼ਾਲਾ ਆਪੇ ਬਣਵਾਵਹਿ ਮਹਾਰਾਜ ਕਹਿੰਦੇ ਉੱਥੇ ਦਸਵੰਦ ਵੀ ਦਿਆ ਕਰੋ ਧਰਮਸ਼ਾਲਾ ਬਣਵਾਇਆ ਕਰੋ ਹਾਂਜੀ ਤਿਸਮੈਂ ਰਾਖੈ ਸਿੱਖ ਕਟਾਏ ਟਿਕਾਏ ਪੰਥੀ ਕੋ ਭੋਜਨ ਮਿਲ ਜਾਏ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉੱਥੇ ਸਿੱਖ ਟਿਕਾਓ ਇੱਕ ਪਿਆਰਾ ਗੁਰੂ ਦਾ ਉਹ ਆਏ ਨੂੰ ਪ੍ਰਸ਼ਾਦਾ ਛਕਾਇਆ ਕਰੇ ਗੱਜ ਕੇ ਆਖੋ ਵਾਹਿਗੁਰੂ ਪ੍ਰਸ਼ਾਦਾ ਛਕਾਉਣ ਵਾਸਤੇ ਸਿਰ ਸਿੱਖਾਂ ਨੇ ਜਾਨ ਦੇ ਦਿੱਤੀ ਆਪਣੀ ਦੀ ਜਾਨ ਦੇ ਦਿੱਤੀ ਜੀ ਪੰਜਾ ਸਾਹਿਬ ਦਾ ਸਾਕਾ ਤੁਹਾਨੂੰ ਪਤਾ ਹੋਣਾ ਹੈ ਨਹੀਂ ਹਾਂਜੀ ਪ੍ਰਸ਼ਾਦਾ ਛਕਾਉਣਾ ਸੀਗਾ ਅੰਦਰ ਟ੍ਰੇਨ 'ਚ ਕੈਦੀ ਭਰੇ ਹੋਏ ਸਨ ਜੀ ਸਰਕਾਰ ਨੇ ਕਿਹਾ ਸੀ ਟ੍ਰੇਨ ਨਹੀਂ ਰੋਕਣੀ ਸਿੱਖਾਂ ਨੇ ਪ੍ਰਸ਼ਾਦਾ ਛਕਾਉਣਾ ਸੀ ਪਿਆਜੋ ਟ੍ਰੇਨ ਪੂਰੀ ਫੁੱਲ ਸਪੀਡਾਂ ਚ ਆ ਰਹੀ ਐ ਅੰਦਰ ਬੰਦੇ ਕਈ ਦਿਨਾਂ ਦੇ ਭੁੱਖੇ ਐ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਾ ਟ੍ਰੇਨ ਰੁਕਾਉਣੀ ਐ ਕਿਸੇ ਤਰੀਕੇ ਨਾਲ ਚੱਲਦੀ ਟ੍ਰੇਮ ਦੇ ਅੱਗੇ ਪਟੜੀ ਤੇ ਲੰਮੇ ਪੈ ਗਏ ਜੀ ਇੱਕ ਨਹੀਂ ਜੀ ਹਜ਼ਾਰਾਂ ਹੀ ਜੀ ਪ੍ਰਸ਼ਾਦਾ ਛਕਾਉਣ ਵਾਸਤੇ ਕਿਸੇ ਦੀ ਲੱਤ ਵੱਡੀ ਗਈ ਕਿਸੇ ਦੀ ਬਾਹ ਵੱਡੀ ਗਈ ਕਿਸੇ ਦਾ ਸਿਰ ਵੱਟਿਆ ਗਿਆ ਬਹੁਤਿਆਂ ਤੇ ਕਤਲ ਹੋ ਗਏ ਜੀ ਉੱਥੇ ਜੀ ਫਿਰ ਮਸਾਂ ਹੀ ਟ੍ਰੇਨ ਰੁਕੀ ਤੇ ਪ੍ਰਸ਼ਾਦਾ ਛਕਾਇਆ ਸਾਕਾ ਪੰਜਾ ਸਾਹਿਬ ਮਾਰਾ ਕਹਿੰਦੇ ਆਏ ਨੂੰ ਭੋਜਨ ਮਿਲਣਾ ਚਾਹੀਦਾ ਕਿਸੇ ਤਰੀਕੇ ਨਾਲ ਹਾਂਜੀ ਇੱਕ ਸਿੱਖ ਦੇਹੇ ਕਿ ਸਭ ਮਿਲ ਦੇਵੈ ਇੱਕ ਸਿੱਖ ਛਕਾ ਦਿਓ ਨਹੀਂ ਤੇ ਸਾਰੇ ਮਿਲਾ ਕੇ ਛਕਾ ਦਿਓ ਹਾਂਜੀ ਸਿਮਰੈ ਨਾਮ ਸੁਜਨ ਕੋ ਸੇਵੈ ਗਰੀਬਾਂ ਦੀ ਸੇਵਾ ਕਰੋ ਤੇ ਸੇਵਾ ਕਰਦਿਆਂ ਕਰਦਿਆਂ ਵਾਹਿਗੁਰੂ 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 ਇਹ ਕੰਮ ਮਹਾਰਾਜ ਕਹਿੰਦੇ ਜ਼ਰੂਰ ਕਰਨਾ ਜ਼ਰੂਰ ਕਰਨਾ ਅੱਗੋਂ ਜੋ ਵੀ ਉਪਦੇਸ਼ ਹੈ ਮੇਰੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ ਸਾ ਸੰਗਤ ਜੀ ਇਹ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਖੇਡ ਹੈ ਪ੍ਰਸ਼ਾਦਾ ਜਿੱਥੋਂ ਨਹੀਂ ਪ੍ਰਾਪਤ ਹੁੰਦਾ ਉਹ ਗੁਰੂ ਕੇ ਸਿੱਖ ਦਾ ਘਰ ਨਹੀਂ ਹੋ ਸਕਦਾ ਆਏ ਨੂੰ ਪ੍ਰਸ਼ਾਦਾ ਮਿਲੇ ਗੁਰੂ ਦੇ ਸਿੱਖ ਦੇ ਘਰ ਦਾ ਪਹਿਲਾ ਕੰਮ ਇਹ ਹੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਦਇਆ ਕਰਨ ਸਾਡੇ ਸਾਰਿਆਂ ਨੂੰ ਮਹਾਰਾਜ ਰੰਗ ਬਖਸ਼ਣ ਪਿਆਰ ਬਖਸ਼ਣ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਓ ਹੁਣ ਆਪਾਂ 2 ਮਿੰਟ ਗੁਰਮੰਤਰ ਦਾ ਜਾਪ ਕਰ ਲਈਏ ਫਿਰ ਖਿਮਾ ਮੰਗਾਂਗੇ ਪਿਆਰ ਨਾਲ ਕਹੋ ਵਾਹੇ ਗੁਰੂ ਜਪ ਵਾਹੇ ਗੁਰੂ ਵਾਹੇ ਗੁਰੂ ਜਪ ਵਾਹੇ ਵਾਹੇ ਜਪਵਾਹੇ ਗੁਰੂ ਜਪਵਾਹੇ ਜਪਵਾਹੇ ਗੁਰੂ ਜਪਵਾਹੇ ਗੁਰੂ ਜਪਵਾਹੇ ਗੁਰੂ ਜਪਵਾਹੇ ਜਪਵਾਹਿ ਗੁਰੂ ਵਾਹਿਗੁਰੂਆਂ ਦੇ ਮਾਫੀ ਬਖਸ਼ੋ ਗੱਧ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੋ